ਕੌਰ ਸਿੰਘ ਮੈਨੂੰ ਲੱਗਦਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਬਾਰੇ ਨਹੀਂ ਪਤਾ ਹੈ। ਮਿਸਟਰ ਕੌਰ ਸਿੰਘ ਹੀ ਓਨਲੀ 1 ਐਂਡ ਓਨਲੀ 1 ਇੰਡੀਅਨ ਹੈਗੇ ਜਿਨ੍ਹਾਂ ਨੇ ਮੁਹੰਮਦ ਅਲੀ ਦੇ ਨਾਲ ਮੈਚ ਕੀਤਾ ਬੌਕਸਿੰਗ ਮੈਚ ਕੀਤਾ। ਜੀ। ਉਹਨਾਂ ਨੇ 11 골ਡ ਮੈਡਲ ਜਿੱਤੇ ਅਤੇ ਅਰਜਨਾ ਵਾਰਡੀ ਨੇ ਪਦਮਾ ਸ਼ਰੀ ਬੋਡੀ ਹੈਗੀ ਹੈ। ਸੋ ਉਹਨਾਂ ਦੀ ਇੱਕ ਲਾਈਫ ਦੀ ਰੀਅਲ ਸਟੋਰੀ ਬਾਇਓਪਿਕ ਫਿਲਮ ਹੈਗੀ ਹੈ ਜਿਹੜੀ ਇੱਕ ਕਮਰਸ਼ੀਅਲ ਫਿਲਮ ਹੈ ਤੇ ਅਸੀਂ ਉਹਦੇ ਵਿੱਚ ਸਾਰੇ ਐਂਗਲਸ ਤੋਂ ਦਿਖਾਇਆ ਹੈਗਾ ਵੀ ਕਿਵੇਂ ਮਿਸਟਰ ਕੌਰ ਸਿੰਘ ਜੀ ਦੀ ਲਾਈਫ ਹੈਗੀ ਹੈ ਫਾਰਮਰ ਤੋਂ ਫਿਰ ਵਿੱਚ ਆਰਮੀ ਹੈ ਆਰਮੀ ਤੋਂ ਬਾਅਦ ਉਹ ਬਾਕਸਿੰਗ ਚ ਜਾਂਦੇ ਹੈ ਬਾਕਸਿੰਗ ਤੋਂ ਬਾਅਦ ਤੱਕ ਇਹ ਸਫਰ ਹੈਗਾ ਉਹਨਾਂ ਦਾ ਜਦੋਂ ਇਹ ਖਬਰ ਮਿਸਟਰ ਸ਼ਾਹਰੂਖ ਖਾਨ ਨੇ ਦੇਖੀ ਤਾਂ ਮਿਸਟਰ ਸ਼ਾਹਰੂਖ ਖਾਨ ਨੇ 5 ਲੱਖ ਰੁਪਏ ਉਹਨਾਂ ਦੀ ਸੇਵਾ ਲਈ ਤਾਂ ਮੈਂ ਇੱਕ ਸੈਲ ਪ੍ਰੇਪਰੇਸ਼ਨ ਕੀਤੀ ਹੈਗੀ ਐ ਤੇ 6 ਮਹੀਨੇ ਫ੍ਰੈਂਕ ਹੀ ਲਸੈਸੋ ਦੇ ਨਾਲ ਕੈਨੇਡੀਅਨ ਬਾਕਸਰ ਹੈਗਾ ਜਿਹੜਾ ਆਪਾਂ 25 ਸਾਲਾਂ ਤੋਂ ਜਿਮ ਚਲਾ ਰਿਹਾ ਹੈਗਾ ਉਹਨੇ ਟ੍ਰੇਨ ਕੀਤਾ ਸਾਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਮੈਂ ਖੁਸ਼ੀ ਸਾਰਾ ਗੱਲ ਕਰਦੇ ਆਂ ਪੰਜਾਬੀ ਸਿਨੇਮਾ ਦੀ ਪੰਜਾਬੀ ਸਿਨੇਮਾ ਦੇ ਵਿੱਚ ਬਹੁਤ ਸਾਰੀਆਂ ਐਦਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਜੋ ਕਿ ਬਾਇਓਪਿਕ ਤੇ ਬੇਸ ਸੀ ਫਿਰ ਚਾਹੀ ਉਹਨਾਂ ਦੇ ਵਿੱਚ ਫਿਲਮ ਹਰਜੀਤਾ ਸੱਜਣ ਸਿੰਘ ਰੰਗਰੂਤ ਸੂਬੇਦਾਰ ਜਗਿੰਦਰ ਸਿੰਘ ڈاکਵਾਂ ਦਾ ਮੁੰਡਾ ਫਿਲਮ ਦੀ ਗੱਲ ਕਰੀਏ ਲੋਕਾਂ ਨੇ ਇਹਨਾਂ ਫਿਲਮਾਂ ਨੂੰ ਬੜਾ ਪਸੰਦ ਕੀਤਾ ਤੇ ਇਸੇ ਤਰ੍ਹਾਂ ਹੁਣ ਵੱਡੇ ਪਰਦੇ ਤੇ ਇੱਕ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਫਿਲਮ ਦਾ ਆਡੀਅנס ਨੂੰ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਗੱਲ ਇੱਕ ਅਜਿਹੇ ਮੁੱਕੇਬਾਜ਼ ਦੀ ਉਹ ਕਹਾਣੀ ਜੋ ਬਹੁਤ ਸਾਰੇ ਲੋਕ ਨਹੀਂ ਜਾਣਦੇ ਜਿਨ੍ਹਾਂ ਨੂੰ ਬਹੁਤ ਸਾਰੇ ਐਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ ਫਿਰ ਚਾਹੇ ਉਹਦੇ ਵਿੱਚ ਗੱਲ ਕੀਤੀ ਜਾਵੇ ਅਰਜੁਨ ਐਵਾਰਡ ਦੀ ਪਦਮਸ਼ਰੀ ਐਵਾਰਡ ਦੀ 골ਡ ਮੈਡਲ ਦੀ ਮੈਂ ਗੱਲ ਕਰ ਰਹੀ ਹਾਂ ਫੇਮਸ ਮੁੱਕੇਬਾਜ਼ ਕੌਰ ਸਿੰਘ ਜੀ ਦੀ ਜਿੰਨਾ ਦੀ ਕਹਾਣੀ ਸਾਨੂੰ ਸਭ ਨੂੰ 22 ਜੁਲਾਈ ਨੂੰ ਵੱਡੇ ਪਰਦੇ ਤੇ ਦੇਖਣ ਨੂੰ ਮਿਲੇਗੀ ਫਿਲਮ ਦੇ ਲੀਡਿੰਗ ਐਕਟਰਸ ਇਸ ਟਾਈਮ ਮਿਰਨਾਲ ਮਜੂਦਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਕਿੰਨਾ ਕੁ ਔਖਾ ਰਿਹਾ ਸੀ ਇਸ ਫਿਲਮ ਨੂੰ ਵੱਡੇ ਪਰਦੇ ਤੱਕ ਲੈ ਕੇ ਹੁਣਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਇਸ ਫਿਲਮ ਦੇ ਲੀਡਿੰਗ ਐਕਟਰਸ ਆ ਮੇਰੇ ਨਾਲ ਮੌਜੂਦ ਆ ਕਰਮ ਬਾਟ ਤੇ ਪ੍ਰ ਗਰੇਵਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਦੇਖ ਰਹੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਰੋਪਨ ਚਾਪ ਚੀਤੇ ਹੈ ਮੈਂ ਬਹੁਤ ਬਹੁਤ ਸਵਾਗਤ ਹੈ ਸੋ ਕਰਮ ਸਰ ਤੁਹਾਡੇ ਨਾਲ ਸ਼ੁਰੂਆਤ ਕਰ ਲੈਨੇ ਆ ਸਭ ਤੋਂ ਪਹਿਲਾਂ ਤੇ ਇਸ ਫਿਲਮ ਦੇ ਬਾਰੇ ਕੌਰ ਸਿੰਘ ਮੈਨੂੰ ਲੱਗਦਾ ਹੈ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਬਾਰੇ ਨਹੀਂ ਪਤਾ ਥੋੜਾ ਜਿਹਾ ਉਹਨਾਂ ਦੇ ਬਾਰੇ ਦਾ ਸੋ ਸਟਾਰਟਿੰਗ ਤੇ ਹਾਂਜੀ ਐਗਜ਼ੈਕਟਲੀ ਮਿਸਟਰ ਕੌਰ ਸਿੰਘ ਵੀ ਓਨਲੀ ਵਨ ਐਂਡ ਓਨਲੀ ਵਨ ਇੰਡੀਅਨ ਹੈਗੇ ਜਿਨ੍ਹਾਂ ਨੇ ਮੁਹੰਮਦ ਅਲੀ ਦੇ ਨਾਲ ਮੈਚ ਕੀਤਾ ਬਾਕਸਿੰਗ ਮੈਚ ਕੀਤਾ ਜੀ ਉਹਨਾਂ ਨੇ 11 골ਡ ਮੈਡਲ ਜਿੱਤੇ ਅਰਜਨਾ ਵਾਰਡੀ ਨੇ ਪਦਮਾ ਸ਼੍ਰੀ ਵਾਰਡੀ ਹੈਗੀ ਹੈ ਸੈਨਾ ਵਿਸ਼ੇਸ਼ਟ ਮੈਡਲ ਵੀ ਉਹਨਾਂ ਨੂੰ ਮਿਲਿਆ ਹੈਗਾ ਜੀ ਤੇ ਕੀ ਕਹਿੰਦੇ ਆ ਏਸ਼ੀਅਨ ਚੈਂਪੀਅਨਸ਼ਿਪ ਵੀ ਉਹਨਾਂ ਨੇ ਜਿੱਤੀ ਹੈਗੀ ਹੈ ਸੋ ਉਹਨਾਂ ਦੀ ਇੱਕ ਲਾਈਫ ਦੀ ਰੀਅਲ ਸਟੋਰੀ ਬਾਇਓਪਿਕ ਫਿਲਮ ਹੈਗੀ ਹੈ ਜਿਹੜੀ ਇੱਕ ਕਮਰਸ਼ੀਅਲ ਫਿਲਮ ਹੈ ਤੇ ਅਸੀਂ ਉਹਦੇ ਵਿੱਚ ਸਾਰੇ ਐਂਗਲਸ ਤੋਂ ਦਿਖਾਇਆ ਹੈਗਾ ਵੀ ਕਿਵੇਂ ਮਿਸਟਰ ਕੌਰ ਸਿੰਘ ਜੀ ਦੀ ਲਾਈਫ ਹੈਗੀ ਹੈ ਫਾਰਮਰ ਤੋਂ ਫਿਰ ਵਿੱਚ ਆਰਮੀ ਹੈ ਆਰਮੀ ਤੋਂ ਬਾਅਦ ਉਹ ਬਾਕਸਿੰਗ ਜਾਂਦੇ ਹੈ ਬਾਕਸਿੰਗ ਤੋਂ ਬਾਅਦ ਦਾ ਕੀ ਸਫਰ ਹੈਗਾ ਉਹਨਾਂ ਦਾ ਸੋ ਇੱਕ ਕੰਪਲੀਟ ਜਿਹੜੀ ਹੈ ਉਹਨਾਂ ਦੀ ਰੀਅਲ ਲਾਈਫ ਤੇ ਸਟੋਰੀ ਹੈਗੀ ਹੈ ਇਟਸ ਅ ਰੀਅਲ ਲਾਈਫ ਸਟੋਰੀ ਜੀ ਸੋ ਅਗਰ ਉਹਨਾਂ ਦੀ ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਸਲ ਜ਼ਿੰਦਗੀ ਦੇ ਕਿੰਨੇ ਕਨੇੜੇ ਇਹ ਫਿਲਮ ਹੈ। ਮੈਂ ਦੇਖੋ ਜਦੋਂ ਵੀ ਕੋਈ ਰੀਅਲ ਬਾਇਓਪਿਕ ਫਿਲਮ ਬਣਦੀ ਹੈਗੀ ਮੋਸਟਲੀ ਤਾਂ ਆਪਾਂ ਕੋਸ਼ਿਸ਼ ਕਰਦੇ ਆਂ ਵੀ ਉਹਨੂੰ ਐਜ਼ ਇਟ ਇਜ਼ ਜੋ ਬੰਦੇ ਦੀ ਜ਼ਿੰਦਗੀ ਦੇ ਵਿੱਚ ਬੀਤਿਆ ਆਪਾਂ ਉਹ ਦਿਖਾਈਏ। ਬਟ ਸਿੰਸ ਤੁਸੀਂ ਇਹਨੂੰ ਸਿਨੇਮਾ 'ਚ ਲੈ ਕੇ ਆਉਣਾ ਜਿੱਥੇ ਤੁਸੀਂ ਆਡੀਅנס ਨੂੰ ਵੀ ਦੇਖਣਾ ਵੀ ਆਡੀਅנס ਕੀ ਪਸੰਦ ਕਰਦੀ ਹੈ। ਅੱਜ ਕੱਲ ਕੀ ਚੱਲਦਾ ਹੈਗਾ ਪੰਜਾਬੀ ਆਡੀਅנס ਕਹਿੋ ਜੀ ਹੈ ਨਾ ਕਿਸ ਟਾਈਪ ਦੇ ਲੋਕੀ ਫਿਲਮ ਦੇਖਣ ਜਾਂਦੇ ਆ। ਫਿਰ ਤੁਹਾਨੂੰ ਸਾਰੀ ਚੀਜ਼ਾਂ ਉਹਦੇ ਵਿੱਚ ਪਾਉਣੀਆਂ ਪੈਂਦੀਆਂ ਜਿਵੇਂ ਇਹਦੇ ਵਿੱਚ ਫੈਮਿਲੀ ਐਂਟਰਟੇਨਮੈਂਟ ਲਾਫਟਰ ਬਹੁਤ ਜ਼ਿਆਦਾ ਹੈਗਾ ਫਰਸਟ ਹਾਫ ਦੇ ਵਿੱਚ ਅਸੀਂ ਦਿਖਾਇਆ ਹੈ ਵੀ ਜਿਹੜ ਇਹ ਫਿਲਮ ਦੇ ਵਿੱਚ ਉਹਦਾ ਇੱਕ ਦੋਸਤ ਹੈ ਬਨਿੰਦਰ ਬਣੀ ਹੈ ਨਾ ਦੋਨੋਂ ਆਪਸ ਵਿੱਚ ਬਹੁਤ ਹਾਸਾ ਮਜ਼ਾਕ ਕਰਦੇ ਆ ਹਨ ਤੇ ਪ੍ਰਭ ਗਰੇਵਾਲ ਜੀ ਹੀਰੋਇਨ ਨੇ ਇਹਨਾਂ ਨੂੰ ਫੋਲੋ ਕਰਦੇ ਆ ਮਤਲਬ ਇਹਨੇ ਵਿੱਚ ਵਿੱਚ ਜਾਂਦੀ ਇਹਨਾਂ ਦੇ ਪਿੰਡ ਦੀਆਂ ਗੇੜੀਆਂ ਲਾਉਂਦੇ ਆ ਹਨ ਤੇ ਇਹਨਾਂ ਨੂੰ ਇਮਪ੍ਰੈਸ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਉਹ ਸਾਰਾ ਜਿਹੜਾ ਮਿਕਸ ਐਂਡ ਮੈਚ ਹੈਗਾ ਉਹ ਲਾਫਟਰ ਜਿਹੜਾ ਉਹ ਫਿਲਮ ਦੇ ਵਿੱਚ ਦੇਖਣ ਨੂੰ ਮਿਲੂਗਾ ਜੀ ਸੋ ਓਵਰਆਲ ਫਿਲਮ ਦੀ ਗੱਲ ਕਰੀਏ ਤਾਂ ਇੱਕ ਸਟਾਰਟਿੰਗ ਕਹਿੰਦੇ ਨੇ ਕਿ ਕੋਈ ਤਾਂ ਸ਼ੁਰੂਆਤ ਕਰਦਾ ਹੀ ਆ ਸੋ ਇਸ ਫਿਲਮ ਦੀ ਸ਼ੁਰੂਆਤ ਕਿੰਨਾ ਨੇ ਕੀਤੀ ਸੀ ਕਿ ਹਾਂ ਇਹ ਫਿਲਮ ਬਣਾਉਣੀ ਆ ਸਭ ਤੋਂ ਪਹਿਲਾਂ ਥਾਟ ਕਹੀਏ ਜਾਂ ਕਿ ਸੈਪਟ ਗਿਆ ਸੀ ਇਹ ਤਾਂ ਸ਼ਾਹਰੁਖ ਖਾਨ ਜੀ ਨੇ ਬਣਵਾਈ ਹੈ ਪਰ ਮੈਂ ਪਹੁੰਚ ਗਏ ਲਈ ਕਿਉਂਕਿ ਜਦੋਂ ਮਿਸਟਰ ਕੌਰ ਸਿੰਘ ਜੀ ਬਿਮਾਰ ਹੋਏ ਨਾ ਤਾਂ ਉਸ ਟਾਈਮ ਤੇ ਕੀ ਹੋਇਆ ਵੀ ਅਖਬਾਰ ਚ ਖਬਰ ਲੱਗੀ ਵੀ ਮਿਸਟਰ ਕੌਰ ਸਿੰਘ ਜਿਹੜੇ ਓਨਲੀ ਐਵਰ ਇੰਡੀਅਨ ਸੇਕ ਬੌਕਸਰ ਹੋਏ ਜਿਨ੍ਹਾਂ ਨੇ ਮੁਹੰਮਦ ਅਲੀ ਨਾਲ ਮੈਚ ਲੜਿਆ ਵੀ ਅੱਜ ਉਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਹੈਗੇ ਐ ਤੇ ਉਹਨਾਂ ਨੂੰ ਬਿਮਾਰੀ ਚ ਜਿਹੜੀ ਜੂਝ ਰਹੀ ਹੈਗੀ ਐ ਜਦੋਂ ਇਹ ਖਬਰ ਮਿਸਟਰ ਸ਼ਾਹਰੂਖ ਖਾਨ ਨੇ ਦੇਖੀ ਤਾਂ ਮਿਸਟਰ ਸ਼ਾਹਰੂਖ ਖਾਨ ਨੇ 5 ਲੱਖ ਰੁਪਏ ਉਹਨਾਂ ਦੀ ਸੇਵਾ ਕਰਦੇ ਜਦੋਂ 5 ਲੱਖ ਦੀ ਉਹਨਾਂ ਨੂੰ ਦਿੱਤਾ ਐ ਪੈਸੇ ਵਲੋਂ ਵੀ ਚਲੋ ਆਪਣੇ ਮੈਡੀਕਲ ਏਡ ਦਿੱਤੀ ਉਦੋਂ ਫਿਰ ਖਬਰਾਂ ਲੱਗੀਆਂ ਨਿਊਜ਼ਪੇਪਰ ਦੇ ਵਿੱਚ ਜਦੋਂ ਉਦੋਂ ਖਬਰਾਂ ਲੱਗੀਆਂ ਤਾਂ ਬੰਬੇ ਦੇ ਹੀ ਆਪਣੇ ਰਾਈਟਰ ਹੈਗੇ ਜੀਆ ਤਖੜ ਜੀ ਹੈਨਾ ਤੇ ਜੀਆ ਤਖੜ ਜੀ ਨੇ ਉਹਨਾਂ ਆਰਟੀਕਲ ਨੂੰ ਦੇਖਦੇ ਹੋਏ ਫਲਾਈ ਕਰਕੇ ਉਹ ਫਿਰ ਸੰਗਰ ਸੰਗਰੂਰ ਜ਼ਿਲ੍ਹੇ ਜਾ ਕੇ ਉਹ ਮਿਸਟਰ ਕੌਰ ਸਿੰਘ ਨਾਲ ਮਿਲੇ ਜਦੋਂ ਮਿਸਟਰ ਕੌਰ ਸਿੰਘ ਨਾਲ ਮਿਲੇ ਤਾਂ ਉਹਨਾਂ ਨੇ ਦੇਖ ਕੇ ਲੱਗਿਆ ਵੀ ਬੜਾ ਸੀਕਵੈਂਸ ਆਫ ਪੈਟਰਨ ਆਫ ਇਵੈਂਟਸ ਹੋ ਰਿਹਾ ਹੈਗਾ ਜਿਵੇਂ ਤੁਸੀਂ ਲਾ ਲਓ ਵੀ ਕੌਰ ਸਿੰਘ ਦੇ ਨਾਲ ਮੱਖਣ ਸਿੰਘ ਦੀ ਗਾਣੀ ਸੇਮ ਹੈ ਉਤੋਂ ਬਾਅਦ ਗੋਪਾਲ ਭੇਗਤਾ ਜਿਹੜੇ ਹੋਏ ਆ ਹਾਕੀ ਦੇ ਪਲੇਅਰ ਉਹਨਾਂ ਦੀ ਲਾਈਫ ਸਟੋਰੀ ਸੇਮ ਹੈ ਸਤੀਸ਼ ਮੋਹਨ ਦੀ ਲਾਈਫ ਸਟੋਰੀ ਸੇਮ ਹੈ ਸੋ ਉਹਨਾਂ ਨੇ ਦੇਖਿਆ ਵੀ ਇਹ ਇੱਕ ਮਤਲਬ ਅਣਗੌਲੀਆਂ ਜੀ ਚੀਜ਼ਾਂ ਹੋ ਰਹੀਆਂ ਹੈਗੀਆਂ ਤੇ ਉਹਨਾਂ ਨੇ ਫਿਰ ਫਰਦਰ 무ਵਿੰਗ ਫੋਰਵਰਡ ਮਿਸਟਰ ਕੌਰ ਸਿੰਘ ਤੋਂ ਜਿਹੜੇ ਪ੍ਰੋਪਰ ਰਾਈਟਸ ਲਿੱਤੇ ਰਾਈਟਸ ਲੈਣ ਤੋਂ ਬਾਅਦ ਉਹਨਾਂ ਨੇ ਸ ਪ੍ਰੋਡਿਊਸਰ ਦੇਖਣੇ ਸ਼ੁਰੂ ਕੀਤੇ ਹਰੇਕ ਰਾਈਟਰ ਯੂਜੂअली ਇਹੀ ਕਰਦਾ ਹੁੰਦਾ ਜਿਵੇਂ ਉਹ ਪਹਿਲਾਂ ਰਾਈਟ ਬਾਈ ਕਰਦੇ ਰਾਈਟ ਬਾਈ ਕਰਨ ਤੋਂ ਬਾਅਦ ਫਿਰ ਉਹ ਪ੍ਰੋਡਿਊਸਰਸ ਫਾਈਂਡ ਆਊਟ ਕਰਦੇ ਵੀ ਕਿਹੜਾ ਬੰਦਾ ਇਸ ਸਟੋਰੀ ਦੇ ਉੱਪਰ ਪੈਸੇ ਲਾ ਸਕਦਾ ਹੈਗਾ ਉਸ ਟਾਈਮ ਦੇ ਉੱਪਰ ਵੱਡਾ ਇੱਕ ਲੀਡ ਐਕਟਰ ਇਹਨਾਂ ਨੇ ਦੇਖਿਆ ਸੀਗਾ ਪਹਿਲਾਂ ਠੀਕ ਹੈ ਜੀ ਇੱਕ ਹੋਰ ਹੀਰੋਇਨ ਵੀ ਸੀਗੀ ਫਿਲਮ ਦੇ ਵਿੱਚ ਉਹ ਆਲਰੇਡੀ ਇਹਨਾਂ ਦਾ ਪੈਕੇਜ ਪੂਰਾ ਰੈਡੀ ਸੀਗਾ ਤੇ ਫਿਲਮ ਨੂੰ ਜਦੋਂ ਕਹੇ ਲੋ ਵੀ ਅੱਗੇ ਫਰਦਰ ਪ੍ਰੋਡਿਊਸਰ ਨੇ ਪੈਸੇ ਦੇਣੇ ਸੀਗੇ ਪ੍ਰੋਡਿਊਸਰ ਵਾਕ ਆਊਟ ਕਰ ਗਿਆ ਸੀਗਾ ਓਕੇ ਹਾਂਜੀ ਤੇ ਫਿਰ ਉਹ ਤੋਂ ਬਾਅਦ ਮੇਰੀ ਐਂਟਰੀ ਹ ਠੀਕ ਹੈ ਮੈਂ ਇਹਦੇ ਉੱਪਰ ਕੰਮ ਕਰੂੰਗਾ ਉਪਰ ਫਿਲਮ ਬਣਾਵਾਂਗੇ ਹਨ ਸੋ ਐਵੇਂ ਜਿਹੜੀ ਹੈ ਇਹ ਫਿਲਮ ਬਣਦੀ ਬਣਾਉਂਦੀ ਅੱਜ ਤੱਕ ਪਹੁੰਚ ਗਈ ਹੈ ਜੀ ਬਿਲਕੁਲ ਸੋ ਕਬ ਮੈਂ ਮੈਂ ਤੁਹਾਨੂੰ ਹਾਇਡਰ ਕੋਲ ਪੁੱਛਣਾ ਚਾਹਾਂਗੀ ਜਿਵੇਂ ਕਹਿੰਦੇ ਨੇ ਕਿ ਇੱਕ ਆਦਮੀ ਦੇ ਪਿੱਛੇ ਇੱਕ ਔਰੰਗ ਦਾ ਹੱਥ ਹੁੰਦਾ ਹੈ ਸਫਲਤਾ ਦੇ ਇਸ ਫਿਲਮ ਦੀ ਗੱਲ ਕਰੀਏ ਤਾਂ ਤੁਸੀਂ ਉਹਨਾਂ ਦੇ ਤਾਂ ਪਤਨੀ ਦਾ ਕਿਰਦਾਰ ਨਿਭਾ ਰਹੇ ਹੋ ਸੋ ਕੀਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਦੇ ਵਿੱਚ ਕੌਰ ਸਿੰਘ ਜੀ ਦੀ ਵਾਈਫ ਬਲਜੀਤ ਕੌਰ ਜੀ ਦਾ ਪ੍ਰੋਜੈਕਟ ਪਲੇ ਕਰ ਰਹੀ ਹੈ ਤੇ ਇਹਨੇ ਸੋਹਣੀਆਂ ਸਟੋਰੀਆਂ ਕਿ ਮਤਲਬ ਜਦੋਂ ਅਸੀਂ ਬਲਜੀਤ ਜੀ ਨੂੰ ਮਿਲੇ ਸੀਗੇ ਮੈਂ ਉਹਨਾਂ ਨੂੰ ਪਹਿਲਾਂ ਤਾਂ ਦੇਖਿਆ ਕਿ ਕਿੱਦਾਂ ਰਹਿੰਦੇ ਜਾਂਦੇ ਆ ਹਨਾ ਕਿੱਦਾਂ ਉਹਨਾਂ ਦਾ ਬੋਲਬਾਣੀ ਕਿੱਦਾਂ ਦੀ ਹੈ ਕਿੱਦਾਂ ਚੱਲਦੇ ਨੇ ਕਿੱਦਾਂ ਬੈਠਦੇ ਆ ਮਤਲਬ ਉਹ ਸਾਰੀ ਚੀਜ਼ਾਂ ਨੂੰ ਆਪਾਂ ਆਪਣੇ ਅੰਦਰ ਗ੍ਰੈਬ ਕੀਤਾ ਕਿ ਹਾਂ ਵੀ ਠੀਕ ਆ ਕਿ ਬਲਜੀਤ ਕੌਰ ਜੀ ਹੋਊਗੀ ਤਾਂ ਐਦਾਂ ਦੀ ਹੋਊਗੀ ਬਿਲਕੁਲ ਤੇ ਉਹਨਾਂ ਦਾ ਤਾਂ ਮਤਲਬ ਨੇਚਰ ਇੰਨਾ ਜ਼ਿਆਦਾ ਵਧੀਆ ਆ ਮਤਲਬ ਇੰਨੇ ਜ਼ਿਆਦਾ ਸਵੇਟ ਨੇ ਤੇ ਇੱਕ ਵਕਤ ਉਹਨਾਂ ਨੂੰ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਦੁੱਖ ਵੀ ਹੈਗਾ ਇਸ ਚੀਜ਼ ਦਾ ਕਿ ਇੰਨਾ ਇੰਨਾ ਜ਼ਿਆਦਾ ਨਾਮ ਕਮਾਇਆ ਕੌਰ ਸਿੰਘ ਜੀ ਨੇ ਤੇ ਕੁਝ ਕਿਸੇ ਨੇ ਹੈਲਪ ਨਹੀਂ ਕੀਤੀ ਹਨਾ ਉਹ ਚੀਜ਼ ਦਾ ਅੱਜ ਵੀ ਉਹਨਾਂ ਨੂੰ ਦੁੱਖ ਹੈਗਾ ਤੇ ਇੱਕ ਗੱਲ ਖੁਸ਼ੀ ਵੀ ਬਹੁਤ ਹੋਈ ਉਹਨਾਂ ਨੂੰ ਕਿ ਹਾਂ ਵੀ ਸਾਡਾ ਨਾਮ ਅੱਗੇ ਜਾ ਰਿਹਾ ਹੈ ਮੂਵੀ ਕਰਕੇ ਤੇ ਅੱਜ ਲੋਕ ਉਹਨਾਂ ਦੇ ਘਰ ਆ ਰਹੇ ਨੇ ਹਨਾ ਇੰਨਾ ਜ਼ਿਆਦਾ ਖੁਸ਼ ਹੁੰਦੇ ਨੇ ਉਹ ਦੱਸਦੇ ਆ ਕਿ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਹਰ ਕੋਈ ਕਹਿੰਦਾ ਕਿ ਤੁਹਾਡੇ ਤੇ ਮੂਵੀ ਬਣ ਰਹੀ ਆ ਉਹ ਚੀਜ਼ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਹਾਂ ਅਸੀਂ ਕੁਝ ਕੀਤਾ ਹਨਾ ਕਿਸੇ ਲਈ ਵਧੀਆ ਉਹ ਚੀਜ਼ ਵਧੀਆ ਲੱਗਦੀ ਹੈ ਆਪਣੇ ਆਪ ਨੂੰ ਖੁਸ਼ੀ ਦਿੰਦੀ ਹੈ ਬਿਲਕੁਲ ਸੋ ਅਕਰਮ ਸਰ ਸਟਾਰਟਿੰਗ ਹਨਾ ਗਾਲਕੜੀ ਦੇ ਡੈਬਿਊ ਕਰਨਾ ਇੰਡਸਟਰੀ 'ਚ ਸਟਾਰਟਿੰਗ ਤੇ ਨਾ ਬੜਾ ਪ੍ਰੈਸ਼ਰ ਹੁੰਦਾ ਮਾਈਂਡ ਦੇ ਵਿੱਚ ਕਿ ਕੁਝ ਇਦਾਂ ਦਾ ਲੈ ਕੇ ਆਏ ਕਿ ਹਾਂ ਆਡੀਅנס ਬਹੁਤ ਜਲਦੀ ਚੀਜ਼ਾਂ ਨੂੰ ਪਸੰਦ ਕਰ ਲੇ ਇੱਕ ਬਾਇਓਪਿਕ ਬਣਾਣੀ ਜੋ ਕਿਤੇ ਨਾ ਕਿਤੇ ਬਹੁਤ ਚੈਲੈਂਜਿੰਗ ਹੁੰਦੀ ਆ ਕੋਈ ਹੋਰ ਕਨਸੈਪਟ ਹੋਵੇ ਤਾਂ ਤੁਸੀਂ ਆਪਣੇ ਤਰੀਕੇ ਦੇ ਨਾਲ ਛੇ ਦਾ ਮਰਜ਼ਾ ਕਰਕੇ ਕ੍ਰੀਏਟ ਕਰ ਸਕਦੇ ਹੋ ਬਟ ਇੱਥੇ ਇੱਕ ਚੀਜ਼ ਆਂਦੀ ਰਿਐਲਿਟੀ ਉਦਾਂ ਦਾ ਇਨਸਾਨ ਹੀ ਕਿੰਨਾ ਕਿ ਚੈਲੈਂਜਿੰਗ ਸੀ ਇਹ ਚੀਜ਼ ਤੁਹਾਡੇ ਲਈ ਚੈਲੈਂਜਿੰਗ ਜਦੋਂ ਇਹਨਾਂ ਨੇ ਨਰੇਟ ਕੀਤਾ ਸੀਗਾ ਮੈਨੂੰ ਸਟੋਰੀ ਉਸ ਟਾਈਮ ਦੇ ਉੱਪਰ ਅਪ੍ਰੋਕਸੀਮੇਟਲੀ ਜਿਵੇਂ ਕਹ ਲੋ ਵੀ ਦੰਗਲ ਆ ਕੇ ਗਈ ਸੀ ਉਹ ਤਾਂ ਮਤਲਬ ਮਤਲਬ ਦੋ ਤਿੰਨ ਸਾਲਾਂ ਦੇ ਵਿੱਚ ਆਈਆਂ ਸੀ ਦੰਗਲ ਸੀਗੀ ਬਾਗ ਮਿਲਕਾ ਬਾਗ ਸੀਗੀ ਸੋ ਇੱਕ ਚੀਜ਼ ਆਪਾਂ ਨੂੰ ਜ਼ਰੂਰ ਸੀਗੀ ਵੀ ਜੇ ਆਪਾਂ ਫਿਲਮ ਬਣਾਉਣੀ ਹੈ ਆਪਾਂ ਕੋਈ ਫੇਕ ਚੀਜ਼ ਨਹੀਂ ਕਰਨੀ ਹੈ ਜੋ ਰੀਅਲ ਹੈ ਰੀਅਲੀ ਦਿਖਾਉਣਾ ਈਵਨ ਥੋ ਬਾਕਸਿੰਗ ਸਿਰਫ 10 ਮਿੰਟ ਦੀ ਹੈ ਫਿਲਮ 'ਚ 10 ਤੋਂ ਮੇਬੀ 4-5 ਮੈਚੇਸ ਨੇ ਹਨ ਐਨ ਆਊਟ ਐਨ ਆਊਟ ਕੁਇਕਲੀ ਐਨ ਆਊਟ ਆ ਪਰ ਰੱਖਿਆ ਗਿਆ ਪਰ ਚਲ ਕੀ ਹੈ ਲੈਫਟ ਹੁੱਕ ਕੀ ਹੈ ਰਾਈਟ ਹੁੱਕ ਕੀ ਹੈਗੀ ਹੈ ਨਾ ਇਹ ਸਾਰੀ ਚੀਜ਼ਾਂ ਦਾ ਨੋ ਲੈਜ ਹੋ ਗਈ ਸੋ ਉਹ ਤੋਂ ਪਹਿਲਾਂ ਮੈਂ ਇੱਕ ਸੈਲ ਪ੍ਰੇਪਰੇਸ਼ਨ ਕੀਤੀ ਹੈਗੀ ਹੈ ਤੇ 6 ਮਹੀਨੇ ਫਰੈਂਕ ਲਸੈਸੋ ਦੇ ਨਾਲ ਕੈਨੇਡੀਅਨ ਬੌਕਸਰ ਹੈਗਾ ਜਿਹੜਾ ਆਪਾਂ 25 ਸਾਲਾਂ ਤੋਂ ਜਿਮ ਚਲਾ ਰਿਹਾ ਹੈਗਾ ਉਹਨੇ ਟ੍ਰੇਨ ਕੀਤਾ ਸਾਨੂੰ ਹਨ ਮੈਂ ਤੇ ਰਾਜ ਕਾਕੜਾ ਜੀ ਨੇ ਅਸੀਂ ਇਕੱਠੇ ਟ੍ਰੇਨਿੰਗ ਲਈਤੀ ਰਾਜ ਕਾਕੜੇ ਨੇ ਕੋਚ ਦਾ ਰੋਲ ਪਲੇ ਕੀਤਾ ਮੈਂ ਜਿਹੜਾ ਹੈਗਾ ਮਿਸਟਰ ਕੌਰ ਸਿੰਘ ਦਾ ਰੋਲ ਪਲੇ ਕੀਤਾ ਸੋ ਅਸੀਂ ਉਹ 6 ਮਹੀਨੇ ਤੱਕ ਲਈ ਬੌਕਸਿੰਗ ਸਿੱਖੀ ਹੈ ਵੀ ਅਸੀਂ ਤਾਂ ਕਿ ਜਦੋਂ ਵੀ ਕੋਈ ਪੰਚ ਕਰੀ ਜਾਣਾ ਜਾਂ ਕੁਝ ਵੀ ਮਤਲਬ ਹਨ ਵੀ ਜਿਵੇਂ ਵੀ ਉਹ ਸਾਰੇ ਸਕਿਲਸ ਪ੍ਰੋਪਰਲੀ ਅਸੀਂ ਫੇਰ ਅਸੀਂ ਫਿਲਮ ਦੀ ਸ਼ੂਟਿੰਗ ਕੀਤੀ ਇਹ ਨਹੀਂ ਸੋਚਿਆ ਕਿ ਡੁਪਲੀਕੇਟ ਯੂਜ਼ ਕਰ ਲੈਣੇ ਕਿਉਂਕਿ ਇੰਨੀ ਜ਼ਿਆਦਾ ਮਿਹਨਤ ਪਹਿਲਾਂ ਪੂਰਾ 1 ਸਾਲ ਉਸ ਚੀਜ਼ ਨੂੰ ਦਿੱਤਾ ਹਾਂਜੀ ਹਾਂਜੀ ਨਹੀਂ ਦੇਖੋ ਕੀ ਕਹਿੰਨੇ ਆ ਡੁਪਲੀਕੇਸੀ ਦਾ ਤਾਂ ਐਜ਼ ਐਨ ਆਰਟਿਸਟ ਨਹੀਂ ਤੁਸੀਂ ਕਰ ਸਕਦੇ ਤੂੰ ਜਸਟੀਫਾਈਡ ਨਹੀਂ ਹੈ ਨਾ ਫਿਰ ਮੈਂ ਤੁਸੀ ਆਡੀਅנס ਨੂੰ ਸੈਟੀਸਫਾਈ ਕਰਵਾਉਂਗਾ ਹੁਣ ਮੈਂ ਕਿਸੇ ਨੂੰ ਕਹਿ ਰਿਹਾ ਭਾਈ ਮੈਂ ਆ ਕੰਮ ਕੀਤਾ ਹੈ ਨਾ ਜੇ ਮੈਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ ਹੈਗਾ ਉਹ ਗੱਲ ਦਾ ਵੀ ਹਾਂ ਵੀ ਮੈਂ ਜਸਟੀਫਾਈ ਕੀਤਾ ਇੱਕ ਔਰ ਸਿੰਘ ਦੇ ਕਰੈਕਟਰ ਨਾਲ ਮੈਂ ਜਸਟੀਫਾਈ ਕੀਤਾ ਮੈਂ ਬਾਕਸਿੰਗ ਸਿੱਖੀ ਹੈ ਮੈਨੂੰ ਆਪਣੇ ਆਪ ਨੂੰ ਸੈਟੀਸਫੈਕਸ਼ਨ ਨਹੀਂ ਹੈ ਮੈਂ ਕਿਸੇ ਨੂੰ ਕਿਵੇਂ ਕਨਵਿੰਸ ਕਰਦਾ ਭਾਈ ਤੂੰ ਫਿਲਮ ਦੇਖਣ ਆ ਜਾ ਹਣਾ ਅਗਲੇ ਕਣਾ ਉਹ ਜੇ ਫੇਕ じゃ ਹੈਗਾ ਹਣਾ ਜਿਵੇਂ ਉਹ ਰੇ ਕਈ ਪਹਿਲਾਂ ਨੇ ਐਕਟਰਾਂ ਨੇ ਕਈਆਂ ਨੇ ਕਹਿ ਲੋ ਵੀ ਜਾਲੀ ਐ ਇਸ ਚ ਦਿਖਾ ਕੇ ਇਹ ਤੁਸੀਂ ਆਰਟੀਫੀਸ਼ੀਅਲ ਫੇਕ ਜਿਹਾ ਦਿਖਾ ਕੇ ਥੋੜਾ ਦਿਖਾ ਲਓਗੇ ਹਨ ਬਟ ਰਿਐਲਿਟੀ ਇਜ਼ ਰਿਐਲਿਟੀ ਇਫ ਯੂ ਗੋ ਟੂ ਪਲੇ ધ ਰੋਲ ਯੂ ਹੈਵ ਟੂ ਮੇਕ ਯੂਰ self ਯੂ نو ਵੀ ਹਾਂ ਵੀ ਤੁਸੀਂ ਜਸਟੀਫਿਕੇਸ਼ਨ ਦੇਣੇ ਹੈ ਜਿਵੇਂ ਲੇਖ ਮੂਵੀ ਦੇ ਵਿੱਚ ਪਿਛੇ ਗੁਰਨਾਮ ਪੁੱਲਰ ਨੇ ਕਿੰਨਾ ਸੋਹਣਾ ਰੋਲ ਲੀਕਿਆ ਸੀ ਹਨ ਸੋ ਉਹ ਦੇਖਣ ਵਾਲੀ ਕਿੰਨਾ ਨਾਣ ਭਾਰਗੈਨ ਕੀਤਾ ਹੈ ਪਹਿਲਾਂ সুইਟ ਬॉय ਲੱਗ ਰਿਹਾ ਕਾਲਜ ਦਾ ਸੋ ਹਰੇਕ ਆਰਟਿਸਟ ਜਦੋਂ ਵੀ ਕੋਈ ਆਪਣੇ ਪਰਫਾਰਮੈਂਸ ਦਿੰਦਾ ਹੈ ਹਨ ਤੇ ਫਿਰ ਲੋਕੀ ਬਾਅਦ ਚ ਐਪਰੀਸ਼ੀਏਟ ਵੀ ਕਰਦੇ ਤਾਂ ਹੀ ਬੰਦਾ ਪਛਾਣਿਆ ਜਾਂਦਾ ਹੈ ਵੀ ਜੇ ਤੁਸੀਂ ਆਪਣੇ ਕੰਮ ਨਾਲ ਆਪਣੇ ਕੰਮ ਪ੍ਰਤੀ 100% ਡ ਤੈਨੂੰ ਲੱਗਿਆ ਕਿ ਤੁਹਾਡੇ ਸੱਟਾਂ ਵੀ ਬਹੁਤ ਲੱਗੀਆਂ ਸੀ ਹਾਂਜੀ ਦੇਖੋ ਉਹ ਤਾਂ ਜਦੋਂ ਤੁਸੀਂ ਕਰ ਰਹੇ ਹੋ ਕੋਈ ਇੰਜਰੀ ਮਾੜੀ ਮੋਟੀ ਹੁੰਦੀ ਰਹਿੰਦੀ ਜਾਂਣਾ ਯੂਜੂਲੀ ਕਿਉਂਕਿ ਇਹਨਾ ਵੱਡਾ ਤੁਸੀਂ ਉਹ ਕਰਨਾ ਹੈਗਾ ਮੈਂ 27 ਕਿਲੋ weight loss ਕੀਤਾ ਸੀਗਾ ਹਣਾ ਓਕੇ ਕਿੰਨੇ ਕਾਲ ਦੇ ਵਿੱਚ ਇਹ 6 ਮਹੀਨੇ ਲੱਗੇ ਸੀਗੇ ਹਣਾ ਸੋ 6 ਮਹੀਨੇ 'ਚ ਮੈਂ 27 ਕਿਲੋ ਪਾਰ ਘਟਾਇਆ ਸੀਗਾ ਸੋ ਡੈਫੀਨੇਟਲੀ ਇਟਸ ਅ ਹਿਊਜ weight loss ਹਣਾ ਤੇ ਮੈਂ ਕਦੇ ਕਦੇ ਭਾਈਦਾਈ ਮੈਂ 2 ਘੰਟੇ ਵਿੱਚ ਜੀਣਾ ਕਦੇ 3-3 ਘੰਟੇ ਵੀ ਜਾਂਣਾ ਸਵੇਰੇ 2 ਘੰਟੇ ਲੈ ਕੇ ਆਇਆ ਸ਼ਾਮ ਨੂੰ ਫੇਰ ਜਿਵੇਂ ਡੂਰਿੰਗ ਦ ਸ਼ੂਟ ਦੇ ਟਾਈਮ ਵੀ ਮੈਂ 5 ਵਜੇ ਉੱਠਣਾ 5 ਵਜੇ ਉੱ ਜੇ ਸ਼ੂਟਿੰਗ ਤੇ ਕੋਈ ਮਤਲਬ ਫ੍ਰੀ ਟਾਈਮ ਹੈ ਜਾਂ ਨਹੀਂ ਸ਼ੂਟਿੰਗ ਹੋਈ ਜਾਂ ਲੋਕੇਸ਼ਨ ਨਹੀਂ ਸੈੱਟ ਹੋਈ ਮੈਂ ਤਾਂ ਉੱਥੇ ਦਿਨੇ ਵੀ ਭੱਜਣ ਲੱਗ ਜਾਂਦਾ ਸੀ ਇਧਰ ਹਿਮਾਚਲ ਸੀਗਾ ਪਰਲੇ ਪਾਸੇ ਤੇ ਉੱਥੇ ਮੈਂ ਆਰਾਮ ਨਾਲ ਕਹਿ ਲਓ ਵੀ 2 ਘੰਟੇ ਘੰਟਾ ਜਾਣ ਤੇ 1 ਘੰਟਾ ਆਫੇਲ 1 ਘੰਟਾ ਡਾਊਨ ਹੇਲਣਾ ਪੂਰਾ ਮਤਲਬ ਬਹੁਤ ਵਧੀਆ ਮਤਲਬ ਰੂਟੀਨ ਬਣ ਗਈ ਸੀ ਸੋ ਪਰ ਅਗਰ ਗੱਲ ਕਰੀਏ ਇਸ ਫਿਲਮ ਨੂੰ ਸਾਈਨ ਕਰਨ ਦਾ ਤਾਂ ਮੇਨ ਕਾਰਨ ਕੀ ਸੀ ਕਿਉਂਕਿ ਕਿਤੇ ਨਾ ਕਿਤੇ ਫਿਲਮ ਪੂਰੀ ਘੁੰਮਰੀ ਆ ਐਕਟਰ ਦੇ ਅਰਾਊਂਡ ਹੀ ਕੌਰ ਸਿੰਘ ਜੀ ਦੀ ਕਹਾਣੀ ਆ ਕਿਤੇ ਨਾ ਕਿਤੇ ਉਹੀ ਚੀਜ਼ ਦਿਖੇਗੀ ਕਿਹੜੀ ਚੀਜ਼ ਤੁਹਾਨੂੰ ਕਲਿੱਕ ਕੀਤੀ ਕਿ ਤੁਸੀਂ ਸੋਚਿਆ ਕਿ ਨਹੀਂ ਮੈਂ ਇਸ ਫਿਲਮ ਦਾ ਹਿੱਸਾ ਜ਼ਰੂਰ ਬਣਨਾ ਹੈ ਐਕਚੁਅਲੀ ਜਿੱਦਾਂ ਨਾਰਮਲੀ ਸਾਰੀ ਮੂਵੀਜ਼ ਕਾਮੇਡੀ ਬਣ ਰਹੀਆਂ ਨੇ ਹਨਾ ਹਾਸਾ ਮਜ਼ਾਕ ਸਾਰੀ ਕਿਤੇ ਚੱਲਦਾ ਇਹ ਨਹੀਂ ਕਿ ਸਾਡੀ ਮੂਵੀ ਚ ਨਹੀਂ ਹੈਗਾ ਬਹੁਤ ਸਾਰਾ ਮਤਲਬ ਤੁਹਾਨੂੰ ਲਫਟਰ ਵੀ ਦਿਖੂਗਾ ਬਟ ਮੈਨੂੰ ਕਿਤੇ ਨਾ ਕਿਤੇ ਮੇਰਾ ਸ਼ੁਰੂ ਤੋਂ ਸ਼ੌਂਕ ਸੀਗਾ ਕਿ ਮੈਂ ਕੁਝ ਡਿਫਰੈਂਟ ਕਰਾਂ ਕੋਈ ਕਰੈਕਟਰ ਇਦਾਂ ਦਾ ਮਿਲੇ ਕਿ ਦਿਖਾਵਾਂ ਮੈਂ ਹਨਾ ਕਿ ਜਿੱਦਾਂ ਬਾਇਓਪਿਕ ਲਗਾ ਲਓ ਉਹ ਮੈਨੂੰ ਸ਼ੁਰੂ ਤੋਂ ਸੀਗਾ ਕਿ ਮੈਂ ਕਿਸੇ ਬਾਇਓਪਿਕ ਕਰਾਂ ਓਕੇ ਤੇ ਮੈਂ ਜਦੋਂ ਇਹਨੂੰ ਇੱਕ ਸਕ੍ਰਿਪਟ ਆਈ ਮਿਸਕੂਈ ਜਿਹਨਾਂ ਕਾਸਟ ਕੀਤੀ ਆ ਤੇ ਉਹਨਾਂ ਨੇ ਮੈਨੂੰ ਕਿਹਾ ਨਾ ਸੁਣਾਈ ਸਕ੍ਰਿਪਟ ਮੈਂ ਬਿਨਾਂ ਸੋਚੇ ਮੈਂ ਹਾਂ ਕਰਦੀ ਈਵਨ ਕਿ ਅਸੀਂ ਕੋਈ ਪੇਮੈਂਟ ਦੀ ਵੀ ਨਹੀਂ ਗੱਲ ਕੀਤੀ ਉਸ ਟਾਈਮ ਤੇ ਬਟ ਮੈਨੂੰ ਸਟੋਰੀ ਇੰਨੀ ਸੋਹਣੀ ਲੱਗੀ ਤੇ ਮੈਂ ਕਿਹਾ ਹਾਂ ਡਨ ਵੀ ਮੈਂ ਹੀ ਕਰੂੰਗੀ ਤਾਂ ਤੇ ਐਦਾ ਹੀ ਮਿਲੀ ਸੀ ਹਾਕੀ ਜਦੋਂ ਤੁਸੀਂ ਫਸਟ ਟਾਈਮ ਕਰਮ ਸਰ ਨੂੰ ਮਿਲੇ ਤਾਂ ਕੀ ਗੱਲਬਾਤ ਹੋਈ ਸੀ ਤੁਹਾਡੀ ਜਾਂ ਫਿਲਮ ਦਾ ਸੈੱਟ ਤੇ ਮਿਲੇ ਕਿ ਪਹਿਲਾਂ ਵੀ ਮੁਲਾਕਾਤ ਹੋਈ ਸੀ ਆਪਾਂ ਕਰਮ ਜੀ ਤਾਂ ਵਿਚਾਰੇ ਬੋਲਦੇ ਹੀ ਨਹੀਂ ਸੀਗੇ ਕਹਿ ਕੇ ਕਿ ਬੁਲਾਵਣਾ ਲਾਇਆ ਮੈਂ ਕਿ ਹਾਂ ਨਾ ਮਤਲਬ ਮੈਂ ਕਿਹਾ ਵੀ ਐਦਾਂ ਆਪਾਂ ਕੰਫਰਟੇਬਲ ਨਹੀਂ ਹੋਵਾਂਗੇ ਐਦਾਂ ਕਿਦਾਂ ਸੀਨ ਨਿਕਲਣਗੇ ਮੈਨੂੰ ਬੜਾ ਲੱਗਦਾ ਸੀ ਕਿਉਂਕਿ ਇੱਕ ਆਰਟਿਸਟ ਜਦ ਤੱਕ ਕੰਫਰਟੇਬਲ ਨਹੀਂ ਇੱਕ ਦੂਜੇ ਨਾਲ ਤੁਹਾਡੀ ਕੈਮਿਸਟਰੀ ਨਹੀਂ ਮੈਚ ਕਰ ਲਈ ਹਣਾ ਐਦਾਂ ਲੱਗਦਾ ਅੱਛਾ ਜਾਂ ਹੁਣ ਗੱਲ ਕਿ ਅੱਛਾ ਜੋ ਸੀਨ ਆ ਉਹਦੀਆਂ ਸੀ ਗੱਲ ਕਰਨੀਆਂ ਤੇ ਫਿਰ ਮੈਂ ਇਹਨਾਂ ਨੂੰ ਤੋ ਸਿੱਧਾ ਮੈਂ ਫੇ ਡਾਇਰੈਕਟਰ ਕੋਲ ਵੀ ਜਾ ਕੇ ਕਿਹਾ ਮੈਂ ਕਿਹਾ ਵੀ ਥੋੜਾ ਉਹਨਾਂ ਨੂੰ ਕਹੋ ਹਨਾ ਵੀ ਮਾੜੇ ਗੱਲ ਕਰਨ ਜਾਂ ਕੁਝ ਉਹਦਾ ਕੈਮਿਸਟਰੀ ਬਣੇ ਤੇ ਵੀ ਇਦਾਂ ਦਾ ਸੀਨ ਕੱਢਣੇ ਮੈਨੂੰ ਵੀ ਔਖੇ ਹੋ ਜਾਣਗੇ ਕਿ ਇਹ ਬੋਲਦੇ ਨਹੀਂ ਹੈਗੇ ਮੈਂ ਬੋਲਣ ਵਾਲੀ ਹੈਗੀ ਮੈਂ ਕਹਿੰਦਾ ਚੁੱਪ-ਚੁੱਪ ਮੈਂ ਰਹਿ ਨਹੀਂ ਸਕਦੀ ਤੇ ਫਿਰ ਮਤਲਬ ਹੌਲੀ-ਹੌਲੀ ਜਿੱਦਾਂ-ਜਿੱਦਾਂ ਇੱਕਦਮ ਤਾਂ ਚਲੋ ਖੁੱਲਣ ਨੂੰ ਟਾਈਮ ਲੱਗਦਾ ਬਣਾ ਫਿਰ ਇਹ ਵੀ ਆਪਣੇ ਵਧੀਆ ਸਾਡਾ ਉੱਥੇ ਵਧੀਆ ਰਿਹਾ ਸੀ ਸਾਰਾ ਜੀ ਚਲੋ ਉਹੀ కెమిస్ట్రీ ਜਿਹੜੀ ਔਨ ਸਕਰੀਨੋਂ ਨਜ਼ਰ ਆਂਦੀ ਹੈ। ਸੋ ਕਰਮ ਸਰ ਫਿਰ ਅਕੌਰ ਸਿੰਘ ਸਰ ਨੇ ਕਿੰਨਾ ਕੁ ਗਾਈਡ ਕੀਤਾ ਉਹਨਾਂ ਦੇ ਕੋਲ ਵੀ ਟਿਪਸ ਲਈਆਂ ਇਸ ਪੂਰੇ ਸ਼ੂਟ ਦੇ ਦੌਰਾਨ। ਯੂਜੂਲੀ ਕੀ ਹੁੰਦਾ ਹੈ ਵੀ ਜਿਵੇਂ ਮਿਸਟਰ ਕੌਰ ਸਿੰਘ ਮੈਂ ਉੱਥੇ ਕੈਨੇਡਾ ਸੀਗਾ ਤੇ ਮੈਂ ਤਾਂ ਮਿਸਟਰ ਕੌਰ ਸਿੰਘ ਨੂੰ ਨਹੀਂ ਡਾਇਰੈਕਟਲੀ ਮਿਲੇ ਹੈਗਾ ਪ੍ਰੈਸ ਕਾਨਫਰੰਸ ਤੇ ਮਿਲੇ ਸੀਗੇ ਪਹਿਲਾਂ। ਬਟ ਯੂਜੂਲੀ ਕੀ ਹੁੰਦਾ ਹੈ ਵੀ ਜਿਵੇਂ ਇੱਕ ਰਾਈਟਰ ਨੇ ਪਹਿਲਾਂ ਸਾਰੀ ਸਟੋਰੀ ਲਿਖੀ ਹੁੰਦੀ ਹੈ ਫਿਰ ਉਹ ਟਾਈਮ ਟੂ ਟਾਈਮ ਨਰੇਸ਼ਨਸ ਦੰਦੇ ਰਹਿੰਦੇ ਹਨ 10 ਤੱਕ ਰਹਿੰਦਾ ਭਾਈ ਆ ਹੁਣ ਜਿਵੇਂ ਆਪਣੇ ਪਹਿਲੇ 25 ਮਿੰਟ ਦੀ ਫਿਲਮ ਹੈ ਤੈਨੂੰ ਸੁਣਾਤੀ ਇਹ ਤੋਂ ਅਗਲੇ 25 ਮਿੰਟ ਤੇ ਮੈਂ 15 ਮਿੰਟ ਦਿਨਾਂ ਬਾਅਦ ਸੁਣਾਉਂਗਾ ਉਹ ਤੋਂ ਬਾਅਦ ਸੁਣਾਉਂਗਾ ਫਿਰ ਜਦੋਂ ਤੁਹਾਨੂੰ ਨਰੇਸ਼ਨ ਮਿਲਦੀ ਹੈ ਨਾ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਦੇ ਰਹਿੰਦੇ ਹੋ ਸੋ ਈਵਨ ਥੋ ਇਸ ਕੋਰਸਿੰਗ ਨੇ ਜੀ ਤੱਕਣ ਨੂੰ ਦਿੱਸਿਆ ਜੀ ਤੱਕਣ ਨੂੰ ਨੇ ਉਹਨਾਂ ਨੇ ਮੈਨੂੰ ਨਰੇਟ ਕੀਤੀ ਸਟੋਰੀ ਫਿਰ ਉਵੇਂ ਫਿਰ ਆਪਾਂ ਆਪਣਾ ਕਰੈਕਟਰ ਬਿਲਡ ਕਰਦੇ ਹਾਂ ਜਿਵੇਂ ਤੁਹਾਨੂੰ ਯਾਦ ਹੋਵੇ ਰਣਵੀਰ ਸਿੰਘ ਨੇ ਇੱਕ ਫਿਲਮ ਲਈ ਆਪਣੇ ਆਪ ਨੂੰ ਇੱਕ ਇਨਕਲੋਜ਼ਡ ਡਿਪਾਰਟਮੈਂਟ ਚ ਬੰਦ ਕਰ ਲਿਆ ਸੀ ਹਨਾ ਤੇ ਕੈਰੈਕਟਰ ਪਲੇ ਕੀਤਾ ਸੋ ਆਈ ਮੀਨ ਸੇਮ ਥਿੰਗ ਹੈ ਪਹਿਲਾਂ ਤੁਹਾਨੂੰ ਨਰੇਸ਼ਨ ਮਿਲਦੀ ਹੈ ਪਤਾ ਲੱਗਦਾ ਤੁਸੀਂ ਕੀ ਰੋਲ ਪਲੇ ਕਰਨਾ ਹੈ ਫਿਰ ਤੁਸੀਂ ਆਪਣੇ ਮੈਂਟਲੀ ਆਪਣੇ ਉਹਨੂੰ ਪ੍ਰੀਪੇਅਰ ਕਰਦੇ ਹੋ ਕਿ ਹਾਂ ਮੈਂ ਆਹ ਚੀਜ਼ ਕਰਨੀ ਹੈ ਹਣਾ ਸੋ ਆਈ ਥਿੰਕ ਹਰੇਕ ਆਰਟਿਸਟ ਹੀ ਇਹ ਕਰਦਾ ਜੇ ਕਿਸੇ ਨੂੰ ਕਾਪ ਬਣਨਾ ਹੁੰਦਾ ਤਾਂ ਕਾਪ ਦੀ ਨੋਟਿਸ ਕਰ ਦੋਵੇ ਕਾਪ ਕਿਵੇਂ ਐਕਟ ਕਰੂ ਕਿਵੇਂ ਦੇਖੂਗਾ ਲੱਗੂਗਾ ਹਣਾ ਸੋ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਇਹ ਫਿਲਮ ਰੈਡੀ ਹੋਈ ਹੈ ਜੀ ਜੀ ਸੋ ਫਿਲਮ ਦੀ ਸ਼ੂਟਿੰਗ ਕਿੱਥੇ ਹੋਈ ਹੈ ਉਹਨੇ ਦੇ ਪਿੰਡ ਹੋਈ ਹੈ ਜਾਂ ਬਾਹਰ ਕਿਤੇ ਹੋਈ ਹੈ ਇਹ ਸਾਰੇ ਰੌਣਕ ਮਾਹੌਲ ਦੀ ਨਿਊ ਚੰਡੀਗੜ੍ਹ ਹਾਂ ਜੀ ਜੀ ਤੇ ਫੈਮਲੀ ਉਹਨਾਂ ਦੇ ਆਂਦੇ ਸੀ ਉੱਥੇ ਫੈਮਲੀ ਮੈਂਬਰਸ ਉਹਨਾਂ ਦੇ ਦੋ ਵਰੀ ਆਏ ਇੱਕ ਦਿਨ ਮੁਹੰਮਦ ਅਲੀ ਵਾਲੇ ਮੈਚ ਵਾਲੇ ਦਿਨ ਆਏ ਸੀਗੇ ਇੱਕ ਦਿਨ ਪਿੰਡ ਦੇ ਵਿੱਚ ਸੌਂਗ ਸ਼ੂਟਸ ਸੀ ਉੱਥੇ ਨਾਲ ਆਏ ਸੀ ओके ਸੋ ਪ੍ਰਾਪਤ ਤੋਂ ਹਾਈਡ ਉਹਦੀ ਵਾਈਫ ਨਾਲ ਗੱਲਬਾਤ ਹੁੰਦੀ ਹੋਏ ਕਿ ਉਹਨਾਂ ਨੇ ਆਪਣੇ ਕਰੈਕਟਰ ਦੇ ਬਾਰੇ ਉਹਨਾਂ ਚੀਜ਼ਾਂ ਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸੀਆਂ ਹੋਣਗੀਆਂ ਕਿਉਂਕਿ ਬੜਾ ਸਟਰਗਲ ਬੜਾ ਕਈ ਤਾਂ ਸੰਘਰਸ਼ ਜਿਹੜਾ ਹਰ ਇੱਕ ਦੀ ਲਾਈਫ ਦੇ ਵਿੱਚ ਰਿਹਾ ਹੁੰਦਾ ਕੁਝ ਤੁਸੀਂ ਸਾਂਝਾ ਕਰਨਾ ਚਾਹੋ ਹਾਂ ਬਿਲਕੁਲ ਉਹਨਾਂ ਨਾਲ ਗੱਲਬਾਤ ਹੋਈ ਜਦੋਂ ਉਹਨਾਂ ਨੇ ਦੱਸਿਆ ਕਿ ਪੁੱਛੇ ਵੀ ਕਿਦਾਂ ਸੀਗਾ ਨਾ ਤੁਹਾਡਾ ਬ ਇੱਥੇ ਤੱਕ ਕਿਵੇਂ ਪਹੁੰਚਾਇਆ ਉਹ ਕਹਿੰਦੇ ਕਿ ਜਿੱਦਾਂ ਹੀ ਆਉਂਦੇ ਹੁੰਦੇ ਸੀਗੇ ਛੁੱਟੀ ਫਾਸਟ ਛੁੱਟੀ ਆਉਣਾ ਕਹਿੰਦੇ ਮੈਂ ਉਹਨੂੰ ਦੋ ਦਿਨ ਪਹਿਲਾਂ ਹੀ ਭੇਜ ਦਿੰਦੀ ਸੀਗੇ ਕਿ ਤੁਸੀਂ ਘਰ ਨਹੀਂ ਰਹਿਣਾ ਤੁਸੀਂ ਜਾਓ ਕੰਮ ਕਰੋ ਬੱਚੇ ਮੈਂ ਆਪੀ ਸੰਭਾਲ ਲੂੰਗੀ ਤੇ ਮਤਲਬ ਇੱਕ ਵੂਮਨ ਦੇ ਨੇਚਰ ਵਿੱਚ ਹੀ ਹੁੰਦਾ ਹੈ ਹਨਾ ਘਰ ਸੰਭਾਲਣਾ ਸਾਰਾ ਕੁਝ ਇੰਨੇ ਜ਼ਿੰਮੇਵਾਰੀ ਕਰਨੀ ਹੈ ਇੱਕ ਜਿੱਦਾਂ ਕੋਰ ਸਿੰਘ ਜੀ ਬਾਹਰ ਕੰਮ ਕਰਦੇ ਸੀਗੇ ਤੇ ਉਹ ਘਰ ਸਾਰਾ ਆਪ ਸੰਭਾਲਦੇ ਸੀ ਮਤਲਬ ਇੱਕ ਬੱਚਿਆਂ ਨੂੰ ਪਾਲਣਾ ਘਰ ਸੰਭਾਲਣਾ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਸਿੰਗਲ ਲਈ ਤੇ ਉਹ ਕਹਿੰਦੇ ਕਿ ਮੈਂ ਕਦੇ ਇਹਨਾਂ ਨੂੰ ਟਿਕਣ ਨਹੀਂ ਦਿੱਤਾ ਜੇ ਆਉਂਦੇ ਸੀਗੇ ਮੈਂ ਪਹਿਲਾਂ ਭੇਜ ਦਿੰਦੀ ਸੀਗੇ ਤੁਸੀਂ ਜਾਓ ਵੀ ਖਾਣਾ ਪੀਣਾ ਮੈਂ ਸਾਰਾ ਬਣ ਕੇ ਦੇਣਾ ਮੈਂ ਪਿੰਨੀਆਂ ਬਣਾ ਕੇ ਦਿੰਦੀ ਖੋਆ ਬਣਾ ਕੇ ਦਿੰਦੀ ਸੀ ਵੀ ਡਾਈਟ ਦਾ ਬਹੁਤੇ ਅਨ ਰੱਖਦੇ ਸੀਗੇ ਤੇ ਉਹਨਾਂ ਨਾਲ ਗੱਲ ਹੋਈ ਤੇ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿ ਉਹ ਕਹਿੰਦੇ ਕਿ ਅੱਜ ਤੱਕ ਅਸੀਂ ਸਿਨੇਮਾ ਨਹੀਂ ਦੇਖਿਆ ਮੰਨ ਲਓ ਕਦੇ ਜਾ ਕੇ ਥੀਏਟਰ ਚ ਨਹੀਂ ਦੇਖੀ ਕੋਈ ਮੂਵੀ ਤੇ ਇਹ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਕਿ ਪਹਿਲੀ ਮੂਵੀ ਆਪ ਦੇਖਣ ਜਾਣਗੇ ਆਪਣੀ ਤੇ ਬਹੁਤ ਸੋਹਣੀਆਂ ਯਾਦਾਂ ਜੁੜੀਆਂ ਨੇ ਇਹਨੇ ਖੁਸ਼ ਵੀ ਨੇ ਉਹ ਚੀਜ਼ ਦੇਖ ਕੇ ਵਧੀਆ ਲੱਗਦੀ ਆ ਆਪਣੀ ਖੁਸ਼ੀ ਬਹੁਤ ਹੁੰਦੀ ਆ ਬਿਲਕੁਲ ਸੋ ਅਕਰਮ ਸਰ ਅਗਰ ਗੱਲ ਕਰੀਏ ਤਾਂ ਆ ਫਿਲਮ ਦੇ ਵਿੱਚ ਹੈ ਨਾ ਕਾਫੀ ਸਾਰੀਆਂ ਚੀਜ਼ਾਂ ਦਿਖਾਈਆਂ ਜਾਣੀਆਂ ਉਹ ਵਾਲੇ ਕਿੱਸੇ ਜੋ ਸ਼ਾਇਦ ਹੰਜੇ ਮੈਂ ਕਿਹਾ ਕਿ ਬਹੁਤ ਸਾਰੇ ਲੋਕਾਂ ਤੇ ਪਤਾ ਵੀ ਨਹੀਂ ਹੁਣ ਪਤਾ ਲੱਗੇਗਾ ਉਹਨਾਂ ਦੇ ਬਾਰੇ ਕੋਈ ਇਦਾਂ ਦਾ ਮੂਮੈਂਟ ਜੋ ਤੁਹਾਡੇ ਲਈ ਕਾਫੀ ਚੈਲੈਂਜਿੰਗ ਰਿਹਾ ਹੋਵੇ ਜਾਂ ਕਾਫੀ ਟਫ ਲੱਗਾ ਹੋ ਤੁਹਾਨੂੰ ਪੂਰੀ ਸ਼ੂਟਿੰਗ ਦੇ ਦੌਰਾਨ ਹਾਂ ਇੱਕ ਐਂਡ ਦੇ ਲਾਗੇ ਸੀਨ ਹੈਗਾ ਉਹ ਕਾਫੀ ਇੰਟੈਂਸ ਸੀਨ ਹੈ ਤੇ ਉਹ ਮੂਵੀ ਦੇਖ ਕੇ ਸਾਰਿਆਂ ਨੂੰ ਪਤਾ ਲੱਗ ਜੂਗਾ ਕਿਉਂਕਿ ਉਹਦੇ ਵਿੱਚ ਕਾਫੀ ਨੇ ਤਾਰੀਫ ਕੀਤੀ ਹੈ ਵੀ ਉਹ ਜਿਹੜਾ ਸੀਨ ਹੈ ਉਹ ਆਮ ਬੰਦੇ ਤੋਂ ਬਹੁਤ ਔਖਾ ਹੁੰਦਾ ਬਟ ਮੈਂ ਬੜਾ ਔਕਤ ਤਰ੍ਹਾਂ ਨਾਲ ਪਲ ਆਫ ਕੀਤਾ ਹੈਗਾ ਐਂਡ ਦੈਟਸ ਵੈਰੀ ਮਤਲਬ ਕੋਈ ਵੀ ਦੇਖਦਾ ਤਾਂ ਮਤਲਬ ਉਹ ਦੇਖ ਕੇ ਬਹੁਤ ਇੰਪ੍ਰੈਸ ਹੁੰਦਾ ਵੀ ਜਿਸ ਲੈਵਲ ਦਾ ਉਹ ਸੀਨ ਐਗਜ਼ੀਕਿਊਟ ਹੋਇਆ ਹੈਗਾ ਹਣਾ ਉਹ ਤੋਂ ਪਹਿਲਾਂ ਮੈਂ ਕਾਫੀ ਕਹਿ ਲਓ 2-3 ਘੰਟੇ ਆਪਣੇ ਆਪ ਨੂੰ ਪਹਿਲਾਂ ਉਹ ਸਿਚੁਏਸ਼ਨ ਚ ਲੈ ਕੇ ਗਿਆ ਵੀ ਹਨਾ ਵੀ ਇਹ ਸਿਚੁਏਸ਼ਨ ਚ ਵੀ ਪਹੁੰਚ ਕੇ ਕਿਵੇਂ ਦਾ ਬੰਦਾ ਫੀਲ ਕਰਦਾ ਹੈ ਕੀ ਹੋ ਰਿਹਾ ਉਹ ਕੀ ਇਮੋਸ਼ਨਸ ਹੋਣਗੇ ਹਨ ਤੇ ਉਹ ਫਿਲਮ ਦੇਖ ਕੇ ਪਤਾ ਲੱਗੂਗਾ ਸਾਰਾ ਵੀ ਸਸਪੈਂਸ ਰੱਖੋਗੇ ਨਹੀਂ ਰੀਲ ਕਰਦੇ ਖੁਦ ਕੌਸਿੰਗ ਦੀ ਨਜ਼ਰਾਂ ਦੇ ਫਿਲਮ ਦੇ ਵਿੱਚ ਨਹੀਂ ਐਕਚੁਅਲੀ ਐਂਡ ਦੇ ਵਿੱਚ ਅਸੀਂ ਪਹਿਲਾਂ ਸੋਚਿਆ ਸੀਗਾ ਹਨਾ ਤੇ ਬਟ ਫਿਰ ਉਹ ਮਤਲਬ ਆਈ ਗਿਆਸ ਵਾਈ ਡ੍ਰਾਪ ਹੋ ਗਿਆ ਸੀਗਾ ਜੀ ਸੋ ਇਹਦੇ ਨਾਲ ਦੇ ਨਾਲ ਜੇਕਰ ਦੇਖਿਆ ਕਹਾਣਾ ਕਿ ਜਿੱਥੇ ਇੱਕ ਔਰ ਸਿੰਘ ਜੀ ਨੂੰ ਲੈ ਕੇ ਤੁਸੀਂ ਫਿਲਮ ਬਣਾਈਆਂ ਬਟ ਚੈਲੈਂਜਿੰਗ ਰਹਿੰਦਾ ਉਹਨਾਂ ਚੀਜ਼ਾਂ ਨੂੰ ਲੈ ਕੇ ਉੱਪਰੋਂ ਲਾਕਡਾਊਨ ਲੱਗ ਰਿਹਾ ਸੀ ਕਰੋਨਾ ਦੇ ਕਰਕੇ 2 ਸਾਲ ਹੋ ਗਏ ਸੀ ਕਿ ਫਿਲਮ ਬਣ ਰਹੀ ਬਣੀ ਸੀ ਬਟ ਹਨਾ ਰਿਲੀਜ਼ ਨਹੀਂ ਹੋ ਪਾਰੀਆਂ ਬਹੁਤ ਸਾਰੀਆਂ ਫਿਲਮਾਂ ਸੀ ਸੋ ਇਹ ਟਾਈਮ ਪੀਰੀਅਡ ਕਿਵੇਂ ਦਾ ਰਿਹਾ ਤੁਹਾਰਾ ਡੈਲੀ ਕਿਉਂਕਿ ਤੁਸੀਂ ਫਿਲਮ ਪ੍ਰੋਡਿਊਸ ਵੀ ਕੀਤੀ ਹੈ ਹਾਂਜੀ ਵੈਸੀ ਤਾਂ ਆਪਣਾ ਆਲਮੋਸਟ ਡਿਊਰਿੰਗ ਦਾ ਕੋਵਿਡ ਟਾਈਮ ਆ ਫਿਨਿਸ਼ ਹੋਈ ਸੀ ਜੀ ਸਟੋਰੀ ਤੇ ਰਿਲੀਜ਼ ਹੋਣੀ ਸੀਗੀ ਉਹ ਫਿਰ ਵੀ ਜਿਵੇਂ ਹੁਣ ਸਾਰੀ ਫਿਲਮਾਂ ਰਿਲੀਜ਼ ਹੋਈਆਂ ਰਿਓਂ ਮੇ ਆਪਣੀ ਹੋ ਰਹੀ ਹੈ ਹਨਾ ਤੇ ਆਬਵੀਅਸ ਜਿਵੇਂ ਮਤਲਬ ਬਾਕੀ ਸਾਰੀ ਫਿਲਮਾਂ ਉਵੇਂ ਹੀ ਹੈਗੀਆਂ ਬਟ ਸਾਡੀ ਆਲਮੋਸਟ ਸ਼ੂਟਿੰਗ ਜਿਹੜੀ ਆ ਉਹ ਮਿਡ 2020 ਸਮਵੇ ਰੌਂਡ दैट ਫਿਨਿਸ਼ ਹੋਈ ਸੀ ਸੋ ਆਈ ਮੀਨ ਬਾਕੀ ਫਿਲਮਾਂ ਜਿਵੇਂ ਆਈਆਂ ਉਵੇਂ ਆਪਣੀਆਂ ਆ ਰਹੀਆਂ ਬਹੁਤ ਸਾਰੇ ਮੈਡਲ ਸੈਸ਼ਨ ਕਰਕੇ ਤੇ ਦੇਖੇ ਸੁਣਦੇ ਘਰ ਦੇ ਵਿੱਚ ਵੀ ਉਹਦੇ ਕੱਪੜੇ ਬਹੁਤ ਸਾਰੇ ਕੁਝ ਉਹ ਚੀਜ਼ਾਂ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ origignal ਜੋ ਨਹੀਂ ਉਹਨਾਂ ਦਾ ਹਾਂਜੀ origignal ਦੇਖੋ ਜਿਵੇਂ ਟਾਈਮ ਬੇਸਡ ਮੂਵੀ ਹੈਗੀ ਇਹ ਤੇ ਕਾਫੀ ਚੀਜ਼ਾਂ ਇਹਦੇ ਵਿੱਚ ਜਿੰਨوں origignal ਹੀ ਹੈਗੀਆਂ ਨੇ ਹਨਾ ਬਟ ਜਿਵੇਂ ਕਹਲੂ ਵੀ ਅਵਾਰਡਸ ਵਗੈਰਾ ਹੈਗੇ ਆ ਉਹ ਮਤਲਬ ਦਿਖਾਇਆ ਇੱਕ ਏਸ਼ੀਅਨ ਚੈਂਪੀਅਨਸ਼ਿਪ ਹੁੰਦੀ ਉਹ ਤੋਂ ਬਾਅਦ ਉਹ ਅਵਾਰਡ ਜਿਹੜਾ ਵਨ ਕੀਤਾ ਉਹ ਦਿਖਾਇਆ ਗਿਆ ਹੈਗਾ ਅਰਜੁਨਾ ਬਾਡੀ ਜਦੋਂ ਉਹਨਾਂ ਨੂੰ ਮਿਲਿਆ ਉਹ ਦਿਖਾਇਆ ਗਿਆ ਹੈਗਾ ਹਨ ਤੇ ਕਈ ਫੁਟੇਜ ਅਸੀਂ ਬਾਈ ਵੀ ਕੀਤੀ ਹੈ ਕਾਫੀ ਐਕਸਪੈਂਸਿਵ ਫੁਟੇਜ ਬਾਈ ਕੀਤੀ ਤੇ ਜਿਹੜੀ origignal ਟ੍ਰੇਲਰ ਚ ਜਿਹੜਾ ਕੁਝ ਉਹ ਟਾਈਮ ਹਾਂਜੀ ਹਾਂਜੀ ਉਹ ਟਾਈਮ ਦੀ ਏਸ਼ੀਅਨ ਗੇਮਸ ਦੀ ਬਾਈ ਕੀਤੀ ਹੈ ਨਾ ਜਿਵੇਂ ਅਮਿਤab ਬਚਨ ਦੀ ਇੱਕ ਫੁਟੇਜ ਹੈਗੀ ਹੈ ਉਹ ਪੇਡ ਫੁਟੇਜ ਹੈਗੀ ਹੈ ਨਾ ਗਿਆਨੀ ਗੈਲ ਸਿੰਘ ਦੀ ਹੈ ਉਹ ਪੇਡ ਫੁਟੇਜ ਹੈਗੀ ਹੈ ਸੋ ਸਾਰੀ ਜਿਹੜੀ origignal ਫੁਟੇਜਸ ਬਾਈ ਕਰਨੀਆਂ ਵੀ ਜਿਹੜੀਆਂ ਕਹ ਲਓ ਕਿ ਆਰਕਾਈਵ ਦੇ ਵਿੱਚੋਂ ਤੁਸੀਂ ਚੱਕ ਕੇ ਲਿਆਉਣੇ ਉਹਨਾਂ ਦੀ ਵੀ ਕਾਸਟ ਕਾਫੀ ਪੈ ਜਾਂਦੀ ਹੈ ਸੋ ਉਹ ਚੀਜ਼ਾਂ ਦੀ ਕਾਸਟ ਇਨ 올 ਹੈਗੀ ਹੈ ਸੋ ਇੱਕ ਚੀਜ਼ ਨਾ ਪੰਜਾਬੀ ਸਿਨੇਮਾ ਵਿੱਚ ਬੜੀ ਹੈ ਮੈਨੂੰ ਲੱਗਦਾ ਕਿ ਸ਼ਾਇਦ ਇਹ ਕੁਐਸਚਨ ਤੁਹਾਡੇ ਕੋਲ ਹਰ ਕੋਈ ਪੁੱਛੇਗਾ ਜਿਵੇਂ ਕਹਿੰਦਾ ਕਿ ਅੱਛਾ ਅਗਰ ਸਿੰਗਰ ਆ ਤਾਂ ਬੜੀ ਜਲਦੀ ਠੀਕ ਹੈ ਜੀ ਲੋਕੇ ਤੁਹਾਨੂੰ ਜਾਣਨ ਲ ਕਨਿਊ ਕਮਰ ਲਈ ਤੇ ਜਿਹੜਾ ਸਿੰਗਰ ਨੇ ਐਜ਼ ਅ ਐਕਟਰ ਐਸਟੈਬਲਿਸ਼ ਕਰਨਾ ਚਾਹੁੰਦਾ ਆਪਣੇ ਆਪ ਨੂੰ ਉਹਦੇ ਲਈ ਬੜੀ ਨਹੀਂ ਨਾ ਜਾਂ ਬੜਾ ਚੈਲੰਜਿੰਗ ਸਭ ਕੁਝ ਰਹਿੰਦਾ ਆ ਉਸ ਚੀਜ਼ ਨੂੰ ਤੁਸੀਂ ਕਰਮ ਸਰ ਕੀਵੇਂ ਦੇਖਦੇ ਹੋ ਕਿ ਕਿ ਲੋਕਾਂ ਦਾ ਬਿਹੇਵੀਅਰ ਕਹੀ ਜਾਂ ਫਿਰ ਇੰਡਸਟਰੀ ਦਾ ਹਾਂਜੀ ਦੇਖੋ ਡੈਫੀਨਿਟਲੀ ਬਹੁਤ ਵੱਡਾ ਚੈਲੰਜ ਹੈ ਤਾਂ ਹੀ ਕਰਕੇ ਐਕਟਰ ਜਿਹੜਾ ਕੋਈ ਥੀਏਟਰ ਆਰਟਿਸਟ ਐ ਐਕਟਰ ਨਹੀਂ ਬਣ ਪਾਉਂਦਾ ਕਿਉਂਕਿ ਰੀਜ਼ਨ ਇਹ ਹੈ ਸਭ ਤੋਂ ਪਹਿਲਾਂ ਤਾਂ ਪ੍ਰੋਡਿਊਸਰ ਸੋਚਦਾ ਵੀ ਮੇਰੀ ਰਿਕਵਰੀ ਕਿਵੇਂ ਹੋਊਗੀ ਹਨਾ ਵੀ ਜੇ ਉਹਦਾ ਨੋਨ ਫੇਸ ਨਹੀਂ ਐ ਤਾਂ ਉਹਨੂੰ ਮੈਂ ਸਿਨੇਮਾ ਤੱਕ ਲੋਕਾਂ ਨੂੰ ਕਿਵੇਂ ਲੈ ਕੇ ਆਉਂਗਾ ਹਨਾ ਤੇ ਹਿੰਦੀ ਕਹਿਣਾ ਕਿ ਕੋਈ ਹਿੰਦੀ ਇੱਕ ਵੱਡਾ ਸਿਨੇਮਾ ਤੇ ਬਹੁਤ ਵੱਡਾ ਕੰਟਰੀ ਹੈਗਾ ਹੈ ਨਾ ਤੇ ਪੰਜਾਬੀ ਸਿਨੇਮਾ ਚ ਇੱਕ ਸਟਰਗਲ ਹੈਗੀ ਹੈ ਤਾਂ ਹੀ ਉਹ ਕਰਕੇ ਸਾਰੇ ਮੋਸਟਲੀ ਸਿੰਗਰ ਐਕਟਰ ਰਹਿ ਗਏ ਬਟ ਦੈਟ ਡਸਨਟ ਮੀਨ ਕਿ ਕੋਈ ਐਕਟਰ ਅੱਗੇ ਨਹੀਂ ਆ ਸਕਦਾ ਹੈ ਨਾ ਆਪਾਂ ਟਰਾਈ ਕਰਾਂਗੇ ਐਫਰਟ ਕਰਾਂਗੇ ਆਡੀਅנס ਅਕਸੈਪਟ ਕਰੂਗੀ ਆ ਆਡੀਅנס ਕੈਲੋ ਵੀ ਮਤਲਬ ਦੀ ਆਡੀਅנס ਦੇਖਣ ਆਉਗੀ ਸਾਰਾ ਆਡੀਅנס ਤੇ ਹੈ ਨਾ ਮਤਲਬ ਜੀ ਉਹ ਚਾਣ ਕੇ ਵੀ ਹਾਂ ਵੀ ਹੈ ਨਾ ਵੀ ਅਸੀਂ ਹੋਰ ਆਰਟਿਸਟ ਕਲਾਕਾਰਾਂ ਨੂੰ ਅੱਗੇ ਲੈ ਕੇ ਆਈਏ ਤਾਂ ਉਹ ਸਾਡੀ ਫਿਲਮ ਆ ਕੇ ਦੇਖਣ ਤਾਂ ਕਿ ਮੇਰੇ ਵਰਗੇ ਹੋਰ 50 100 ਕਿੰਨੇ ਬੰਦੇ ਆ ਉਹਨਾਂ ਨੂੰ ਐਪਰੀਸ਼ੀਏਸ਼ਨ ਮਿਲ ਸਕੇ ਉਹਨਾਂ ਲਈ ਵੀ ਇੱਕ ਰੇ ਆਫ ਹੋਪ ਦੇ ਸੇ ਵੀ ਇਸイヤー ਜਿਹਨੇ ਕੀਤਾ ਹੈਗਾ ਅਸੀਂ ਵੀ ਕਰ ਸਕਦੇ ਹਾਂਗੇ ਹਨ ਸੋ ਮੈਂ ਤਾਂ ਇਹ ਚਾਹੂੰਗਾ ਵੀ ਆਬਵੀਅਸਲੀ ਵੀ ਨਵੇਂ ਆਰਟਿਸਟ ਆਉਣ ਨਵੀਂ ਆਡੀਅנס ਨੂੰ ਮਤਲਬ ਨਵੇਂ ਆਰਟਿਸਟ ਨੂੰ ਲੋਕੀ ਦੇਖਣ ਆਉਣ ਬਟ ਇਹ ਵੀ ਕੋ ਜ਼ਰੂਰੀ ਹੈ ਵੀ ਜੇ ਕੋਈ ਵੱਡੇ ਆਰਟਿਸਟ ਦੀ ਫਿਲਮ ਹੈਗੀ ਸਿੰਗਰ ਦੀ ਉਹ ਵੀ ਹਿੱਟ ਹੋ ਜੂਗੀ ਉਹ ਵੀ ਆਲ ਦਾ ਅਦਰ ਸਟੇਕ ਹੁੰਦੀ ਹੁੰਦੀ ਹੈ ਹਨਾ ਸੋ ਬਟ ਆਪਾਂ ਨੂੰ ਨਵੇਂ ਬੰਦੇ ਨੂੰ ਦੇਣੀ ਚਾਹੀਦੀ ਹੈ ਜਿਵੇਂ ਆਪਾਂ ਕਹੇ ਲੋ ਵੀ ਕੋਈ ਆਪਣੇ ਦਫਤਰ ਦੇ EMPLOYEES ਵੀ ਰੱਖਣੇ ਆਪਾਂ ਨੂੰ ਨਵੇਂ ਆਪਾਂ ਬੰਦਿਆਂ ਨੂੰ ਜੇ ਉਹਨਾਂ ਤੱਕ OPPORTUNITY ਨਹੀਂ ਦੇਵਾਂਗੇ ਨਵਾਂ ਬੰਦਾ ਕਦੀ ਕਿਤੇ ਪੁਰਾਣੇ ਨੂੰ ਵੀ ਹਰਾ ਜਾਂਦਾ ਹਨਾ ਐ ਇੱਕ ਵੱਡੀ ਗੱਲ ਨਹੀਂ ਹੁੰਦੀ ਪਿੱਛੇ ਜੇ ਹੈਵੀ weight ਬਾਕਸਿੰਗ ਦਾ ਮੈਚ ਹੋਇਆ ਸੀ ਕਿ ਐਂਡੀ ਰੂਇਜ਼ ਤੇ ਜਿਹੜਾ ਦੂਜਾ ਆਪਣਾ ਇੰਗਲੈਂਡ ਵਾਲਾ ਸੀਗਾ ਤੇ ਐਂਡੀ ਲੂਇਸ ਨੇ ਉਹਨੂੰ ਹਰਾਤਾ ਸੀਗਾ ਸੋ ਕਹਿਣ ਦਾ ਮਤਲਬ ਜੋਸ਼ੂਆ ਐਂਥਨੀ ਜੋਸ਼ੂਆ ਹੈ ਨਾ ਐਂਡੀ ਲੂਇਸ ਨੇ ਨੰਬਰ 1 ਬੌਕਸਰ ਜਿਹੜਾ ਜੋਸ਼ੂਆ ਸੀ ਉਹਨੂੰ ਹਰਾਤਾ ਸੀਗਾ ਸੋ ਕਦੀ ਕਦੀ ਬਹੁਤ ਵੱਡੀਆਂ ਚੀਜ਼ਾਂ ਹੋ ਜਾਂਦੀਆਂ ਹੈਗੀਆਂ ਨੇ ਸੋ ਐਵੇਂ ਕਹਿਣ ਦਾ ਮਤਲਬ ਹੈ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਦੇਖੋ ਰੇਸ ਹੋ ਰਹੀ ਹੈ ਰੇਸ ਦੇ ਵਿੱਚ ਇੱਕ ਬੰਦਾ ਇਹ ਕਹਿੰਦੇ ਵੀ ਇਹੀ ਹਮੇਸ਼ਾ ਜਿੱਤਦਾ ਹੈਗਾ ਹੈ ਨਾ ਬਟ ਆਪਾਂ ਇਹ ਸੋਚ ਕੇ ਉਹ ਰੇਸ ਦੇ ਵਿੱਚ ਪਾਰਟਿਸਪੇਟ ਨਹੀਂ ਕਰਨ ਜਾਂਦੇ ਵੀ ਯਾਰ ਹਮੇਸ਼ਾ ਇਹੋ ਜਿੱਤਦਾ ਤਾਂ ਆਪਾਂ ਨਹੀਂ ਜਿੱਤ ਸਕਦੇ ਤੁਸੀਂ ਵੀ ਜਿੱਤ ਸਕਦੇ ਹੋ ਆਪਾਂ ਨੂੰ ਟਰਾਈ ਕਰਨਾ ਪਊ ਐਫਰਟ ਮ ਆਪੂ ਕਰਨਾ ਬਾਕੀ ਕਾਲਪੁਰ ਕਵਾਇਗੁਰੂ ਜਾਣਦਾ ਹਨ ਵੀ ਜੀ ਆਪਣੇ ਕਰਮਾਂ ਚ ਹੈਗਾ ਤਾਂ ਉਹ ਆਪਾਂ ਨੂੰ ਅਚੀਵ ਹੋਈ ਜਾਊਗਾ ਹਨ ਇੰਨੇ ਹੀ ਹੈਗਾ ਤਾਂ ਫਿਰ ਕਿਸੇ ਵੀ ਤਰੀਕੇ ਨਾਲ ਅਚੀਵ ਨਹੀਂ ਹੋਣਾ ਕਿਉਂਕਿ ਉਹ ਅਕਾਲਪੁਰ ਕਵਾਇਗੁਰੂ ਦੇ ਪਾਣੇ ਨਾਲ ਹੀ ਸਾਰਾ ਕਿਲੋ ਸੰਸਾਰ ਚੱਲ ਰਿਹਾ ਹੈਗਾ ਜੀ ਹਾਂਜੀ ਸੋ ਅਪਰਾਪ ਤੁਸੀਂ ਬਹੁਤ سارے ਸੰਗਸ ਵਿੱਚ ਕੰਮ ਕੀਤਾ ਹੈ ਬਹੁਤ ਸੰਗਸ ਤੇ ਜਿਹੜੇ ਤੁਹਾਡੇ ਹਿੱਟ ਵੀ ਹੋਏ ਨੇ ਹੁਣ ਬੈਕ ਟੂ ਬੈਕ ਫਿਲਮਾਂ ਵੀ ਤੁਹਾਡੀਆਂ ਰਿਲੀਜ਼ ਹੋ ਰਹੀਆਂ ਨੇ ਸੋ ਫਿਲਮਾਂ ਦਾ ਐਕਸਪੀਰੀਅੰਸ ਕਿਵੇਂ ਦਾ ਆ ਕਿਉਂਕਿ ਇੱਥੇ ਡਾਇਲੌਗ ਡਿਲੀਵਰੀ ਹੈ ਇੱਥੇ ਕੰਮ ਬਿਲਕੁਲ ਅਲੱਗ ਹੁੰਦਾ ਹੈ ਉੱਥੇ ਕੰਮ ਬਿਲਕੁ ਤੇ ਫਿਲਮਾਂ ਦਾ ਐਕਸਪੀਰੀਅੰਸ ਕਿੰია ਹਣ ਨਹੀਂ ਦੋਨੋਂ ਵਧੀਆ ਨੇ ਮੇਰੀ ਐਕਚੁਅਲੀ ਐਂਟਰੀ ਸੌਂਗਸ ਤੋਂ ਹੀ ਹੋਈ ਸੀਗੀ ਮੈਂ ਉਹਨਾਂ ਨੂੰ ਵੀ ਨਹੀਂ ਕਹੂੰਗੀ ਕਿ ਉਹ ਵੀ ਸੌਂਗਸ ਨਹੀਂ ਵਧੀਆ ਨੇ ਜੇ ਤੁਹਾਡੇ ਵਿੱਚ ਕੁਝ ਹੈਗੇ ਆ ਤੁਹਾਡੇ ਵਿੱਚ ਕਲਾ ਹੈਗੀ ਆ ਤਾਂ ਤੁਸੀਂ ਦੋਨੋਂ ਚ ਮਤਲਬ ਦੋਨੋਂ ਚੀਜ਼ਾਂ ਨੂੰ ਇੱਕ ਇਕੁਅਲ ਕਰ ਸਕਦੇ ਆ ਬਾਕੀ ਮੈਂ ਨਿਰਮਲ ਰਿਸ਼ੀ ਮਹਾਂਦੇ ਸਟੂਡੈਂਟ ਰਹੀ ਆ ਮੈਂ ਉਹਨਾਂ ਨੂੰ ਥੀਏਟਰ ਕੀਤਾ ਆ ਤੇ ਥੋੜੇ ਉਹਨਾਂ ਤੋਂ ਸਿੱਖਿਆ ਕਿ ਕਿੱਦਾਂ ਮੈਨੂੰ ਕੈਮਰਾ ਫੇਸ ਵੀ ਨਹੀਂ ਕੰਮ ਕਰਨਾ ਆਉਂਦਾ ਸੀ ਕਦੇ ਨਾ ਹੀ ਕਿਉਂਕਿ ਮੇਰੇ ਬੈਕਗ੍ਰਾਉਂਡ ਨਹੀਂ ਸੀਗਾ ਕੁਝ ਵੀ ਨਾ ਮੈਨੂੰ ਪਤਾ ਸੀਗਾ ਕੋਈ ਕਿੱਦਾਂ ਇਹਦੇ 'ਚ ਜਾਂਦੇ ਇੰਡਸਟਰੀ ਵਿੱਚ ਜਾਂ ਕਿੱਦਾਂ ਕੈਮਰਾ ਫੇਸ ਕਰਦੇ ਆ ਮਨੂੰ ਉੱਥੇ ਜਾ ਕੇ ਮੈਂ ਸਭ ਕੁਝ ਸਿੱਖਿਆ ਵੀ ਕਿੱਦਾਂ ਕੈਮਰੇ ਮੂਰੇ ਅੱਗੇ ਕਿੱਦਾਂ ਖੜਨਾ ਆ ਹਨਾ ਕਿੱਦਾਂ ਐਕਸਪ੍ਰੈਸ਼ਨਸ ਕਿੱਦਾਂ ਹੁੰਦੇ ਆ ਉਹ ਸਾਰੀ ਚੀਜ਼ਾਂ ਮੈਂ ਉੱਥੋਂ ਬ੍ਰੀਕੀਆਂ ਸਿੱਖੀਆਂ ਨੇ ਤੇ ਬਾਕੀ Song's ਦੀ ਗੱਲ Song's ਵੀ ਬਹੁਤ ਵਧੀਆ ਤੁਹਾਨੂੰ ਬਹੁਤ ਐਕਸਪੀਰੀਅੰਸ ਮਿਲਦਾ ਉੱਥੋਂ ਹਨਾ ਤੇ ਬਾਕੀ ਮੂਵੀਜ਼ ਦਾ ਤਾਂ ਹੈਗਾ ਹੀ ਹੈਗਾ ਜੇ ਡਾਇਲੌਗਸ ਦੇ ਤੁਸੀਂ ਨੇਚਰਲ ਜਿੱਦਾਂ ਗੱਲ ਕਰਦੇ ਹੋ ਮੈਨੂੰ ਇਹ ਲੱਗਦਾ ਕਿ ਜਿੱਦਾਂ ਆਪਾਂ ਨੇਚਰਲ ਗੱਲ ਕਰਦੇ ਆ ਨੇਚਰਲ ਡਾਇਲੋਗ ਆਪਾਂ ਕਰ ਸਕਦੇ ਆ ਇਹ ਨਹੀਂ ਹੈਗਾ ਕਿ ਬਣਾ ਕੇ ਕਰਾਂਗੇ ਉਹ ਫੇਕ ਲੱਗੂਗਾ ਤੇ ਇੰਨਾ ਕੁਸ਼ ਔਖਾ ਨਹੀਂ ਹੋਇਆ ਬਲਟ ਬਧੀਆ ਰਹਿ ਅਮੀਰ ਐਕਸਪੀਰੀਅੰਸ ਤੋਂ ਉਹਨੇ ਕੁਝ ਗਾਈਡਿੰਗ ਕੀਤਾ ਤੁਸੀਂ ਨਾ ਦੇ ਨਾਲ ਕਰਮ ਸਰ ਨੂੰ ਕਰਮ ਸਰ ਨੇ ਮੈਂ ਤਾਂ অলਰੈਡੀ ਮੈਸੇਜ ਪਰਫੈਕਟ ਨਹੀਂ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਨਹੀਂ ਹੈਗੀ ਆਰਸ ਵਿੱਚ ਮਗੇ ਕਿਸੇ ਸੀਨ ਨੂੰ ਲੈ ਕੇ ਡਿਸਕਸ਼ਨ ਜਦੋਂ ਚੱਲਦੀ ਹਾਂ ਹਾਂ ਜੀ ਉਹ ਤਾਂ ਜਲਦੀ ਐਡ ਕਰੀਏ ਹੂੰ ਹੂੰ ਉਹ ਤਾਂ ਚੱਲਦੀ ਰਹਿੰਦੇ ਸੀ ਸੀ ਹਨਾ ਜਦੋਂ ਫ੍ਰੀ ਹੁੰਦੇ ਸੀ ਅਸੀਂ ਬੈਠ ਕੇ ਇੱਕ ਦੂਜੇ ਨਾਲ ਡਾਇਲੌਗਸ ਕਰ ਲੈਣੇ ਪ੍ਰੈਕਟਿਸ ਕਰੀਏ ਹਨਾ ਫ੍ਰੀ ਆਪਾਂ ਤੇ ਉਹ ਚੱਲਦੇ ਰਹਿੰਦਾ ਉਹ ਤਾਂ ਹਰ ਸੈੱਟ ਤੇ ਹੁੰਦਾ ਹੈ ਚਲੋ ਕਰਮ ਸਰ ਤੁਸੀਂ ਵੀ ਥੀਏਟਰ ਕੀਤਾ ਨਾ ਪਰ ਤੁਸੀਂ ਵੀ ਥੀਏਟਰ ਕੀਤਾ ਹੈ ਤਾਂ ਦੇਖਿਆ ਕਿ ਤੁਸੀਂ ਬੜੀ ਆ ਜਾਂਦੀ ਕਈ ਵਾਰ ਕੀ ਥੀਏਟਰ ਵਾਲਨ इजीली ਚਾਂਸ ਨਹੀਂ ਦ ਬੋਲਦੇ ਨੇ ਇਹਨਾਂ ਨੂੰ ਕੈਮਰਾ ਨੇ ਫੇਸ ਕਰਨਾ ਆਂਦਾ ਜਦ ਕਿ ਕਿੰਨੇ ਇੱਕ ਥੀਏਟਰ ਵਾਲਾ ਬੰਦਾ ਉਹ ਆ ਜਦੇ ਕੋਲ ਚਾਹੀ ਕਾਮੇਡੀ ਕਰਵਾ ਲਓ ਕੁਝ ਸੀਰੀਅਸ ਕਰਵਾ ਲਓ ਕੁਝ ਡਰਾਮਾ ਕ੍ਰੀਏਟ ਕਰਵਾ ਲਓ ਕੋ ਸਭ ਕੁਝ ਕਰ ਲੈਂਦਾ ਆ ਫਿਰ ਉਹ ਇੱਕ ਸੋਚ ਕਿਉਂ ਬਣੀ ਹੋਈ ਆ ਸਭ ਦੇ ਕਿ ਨਹੀਂ ਥੀਏਟਰ ਵਾਲਿਆਂ ਨੂੰ ਚਾਂਸ ਨਹੀਂ ਦੇਣਾ ਈਜ਼ਲੀ ਨਹੀਂ ਦੇਖੋ ਚਾਂਸ ਤਾਂ ਜਿਵੇਂ ਸਭ ਤੋਂ ਵੱਡੀ ਗੱਲ ਆ ਦੇਖੋ ਦੋ ਤਰ੍ਹਾਂ ਦੇ ਬੰਦਿਆਂ ਨੂੰ ਚਾਂਸ ਮਿਲਦਾ ਹੈਗਾ ਇੱਕ ਜਿਵੇਂ ਆਪਾਂ ਗੱਲ ਕਰ ਲਈ ਸਿੰਗਲ ਐਕਟਰ ਕੈਟਾਗਰੀ ਹੈਗੀ ਹੈ ਨਾ ਨੰਬਰ 2 ਕੈਟਾਗਰੀ ਹੈਗੀ ਕਿਸੇ ਦਾ ਚਾਚਾ ਮਾਮਾ ਤਾਇਆ ਉਹ ਬੜਾ ਅਮੀਰ ਹੈ ਤੇ ਉਹ ਆਪਣੇ ਪੁੱਤ ਜੇ ਆਪਣੇ ਪੋਤਰੀ ਜੇ ਹਨਾ ਬੱਚੀ ਨੂੰ ਜਾਂ ਕਿਸੇ ਨੂੰ ਵੀ ਚਾਂਸ ਦੇਣਾ ਚਾਹੁੰਦਾ ਤੇ ਉਹ ਪੈਸੇ ਲਾਉਂਦਾ ਤਾਂ ਉਹ ਬੰਦਾ ਅੱਗੇ ਆਉਂਦਾ ਹੈਗਾ ਅਦਰ than that ਤਾਂ ਕਿਤੋਂ ਹੌਲੀ ਹੌਲੀ ਨਿਕਲ ਕੇ ਆਪਣੇ ਆਪ ਨੂੰ ਕੋਈ ਬੰਦਾ ਸਟੈਬਲਿਸ਼ ਕਰ ਜੇ ਤਾਂ ਕਰ ਜੇ ਅਦਰਵਾਇਜ਼ ਮੇਨਲੀ ਡਰੋਲ ਤੱਕ ਪਹੁੰਚਣਾ ਦਾ ਨੈਕਸਟ ਟੂ ਇੰਪੋਸੀਬਲ ਵਾਲੀ ਗੱਲ ਹੈ ਵੀ ਤੁਸੀਂ ਆਪਦੇ ਪੈਸੇ ਤੋਂ ਬਿਗੈਰ ਹਨਾ ਤੇ ਉੱਥੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈਗਾ ਹਨਾ ਕਿਉਂਕਿ ਰਿਪੀਟਿਡਲੀ ਜੇ ਤੁਸੀਂ ਦੇਖੋ ਪੰਜਾਬੀ ਸਿਨੇਮਾ ਦੇ ਵਿੱਚ ਕਿ ਰੀਜਨਲ ਸਿਨੇਮਾ ਹੈ ਹਨਾ ਰੀਜਨਲ ਸਿਨੇਮਾ ਦੇ ਵਿੱਚ ਮਨੀ ਦੀ ਰਿਕਵਰੀ ਥੋੜੀ ਜਿਹੀ ਔਖੀ ਹੈ ਉਹ ਤੋਂ ਬਾਅਦ ਕਈ ਚੀਜ਼ਾਂ ਹੋਰ ਵੀ ਆ ਜਾਂਦੀਆਂ ਨੇ ਜਿਵੇਂ ਡਿਸਟ੍ਰਿਬਿਊਸ਼ਨ ਆ ਜਾਂਦੀ ਹੈ ਹਨਾ ਕਈ ਬਹੁਤ ਕਨਿੰਗ ਬੰਦੇ ਇਹਦੇ ਵਿੱਚ ਬੈਠੇ ਹੈਗੇ ਜਿਹੜੇ ਤੁਹਾਡੇ ਪੈਸਾ ਤੁਹਾਡੇ ਤੱਕ ਪਹੁੰਚਣ ਹੀ ਨਹੀਂ ਦਿੰਦੇ ਉਹ ਤੋਂ ਬਾਅਦ ਫੀਸਿਸ ਵੱਡੀਆਂ ਰੱਖ ਦਿੱਤੀਆਂ ਜਾਂਦੀਆਂ ਨੇ ਹਨਾ ਵੀ ਉਰੇ ਰਿਲੀਜ਼ ਕਰੰਦੇ ਐਨੇ ਪੈਸ ਆ ਜਾਂਦੀ ਹੈਗੇ ਫਿਲਮ ਕਦੀ ਕਿੰਨੇ ਬਹੁਤ ਚੰਗੀ ਵੀ ਬਣੀ ਹੁੰਦੀ ਹੈ ਮਾਰਕੀਟ ਨਾ ਹੋਈ ਉਹ ਫਿਲਮ ਬਲੌਕ ਹੋ ਜਾਂਦੀ ਹੈ ਹਨ ਤੇ ਕਾਫੀ ਚੀਜ਼ਾਂ ਜਿਹੜੀਆਂ ਇਨਵੋਲ ਹੋ ਜਾਂਦੀਆਂ ਨੇ ਉਹ ਰੀਜ਼ਨ ਕਰਕੇ ਫਿਰ ਜੇ ਇੱਕ ਵਾਰੀ ਚਲੋ ਫਿਲਮ ਬਣ ਵੀ ਗਈ ਜੀ ਉਹਦੇ ਚ ਪੈਸੇ ਡੁੱਬ ਜਾਂਦਾ ਫਿਰ ਦੂਜੀ ਵਾਰੀ ਪ੍ਰੋਡਿਊਸਰ ਫੇਰ ਨਹੀਂ ਲਾਉਣ ਜੋ ਕਰ ਰਿਹਾ ਹੁੰਦਾ ਹੈ ਉਹ ਤੋਂ ਬਾਅਦ ਤੁਸੀਂ ਲਾਓ ਵੀ ਆਪਾਂ ਚਲੋ ਇੱਕ ਫਿਲਮ ਬਣਾਈ ਹੈ ਹਨ ਤੇ ਕੀ ਕਹਿੰਨੇ ਜੇ ਹੁਣ ਵੀ ਇਹਦੇ ਵਿੱਚ ਜੇ ਕੋਈ ਆਪਾਂ ਕਹਿ ਲਓ ਨੋਨ ਫੇਸ ਲੰਦੇ ਮੈਂ ਤੁਹਾਨੂੰ ਕਹਿੰਦਾ ਘੱਟੋ ਘੱਟ 1.5-2 ਕਰੋੜ ਹੋਰ ਉੱਪਰ ਜਾਂਦਾ ਇਹ ਦਾ ਬਜਟ ਹਨਾ ਤੇ ਉਹ 2 ਕਰੋੜ ਰਿਕਵਰ ਕਰਾਉਣ ਲਈ ਆਪ 7.4 4.5 ਕਰੋੜ ਦਾ بزنس ਚਾਹੀਦਾ 46% تھیਟਰ ਆਪਣੋ ਦਿੰਦਾ ਹੈਗਾ 46% ਤੋਂ 48% ਸਮ ਟਾਈਮ 50% ਤੱਕ ਜਿਹੜੀ ਟਿਕਟ ਜਿਵੇਂ ਉੱਥੇ ਜ 12 ਡਾਲਰ ਦੀ ਟਿਕਟ ਅਤੇ 6 ਡਾਲਰ ਪ੍ਰੋਡਿਊਸਰ ਨੂੰ ਜਾਣੇ ਸੋ 50% ਦਾ تھیਟਰ ਨੇ ਪਹਿਲਾਂ ਹੀ ਰੱਖ ਲਿਆ ਹਨ ਤੇ ਉਸ ਤੋਂ ਬਾਅਦ ਤੁਸੀਂ ਲਾਓ ਵੀ ਉਹ ਜਿਹੜੀ ਪੈਸੇਜ ਰਿਕਵਰੀ ਉਹ ਮੁਸ਼ਕਲ ਹੋ ਜਾਂਦੀ ਹੈ ਸਮ ਟਾਈਮ ਸਿੰਗਰ ਐਕਟਰ ਕਿਉਂ ਪ੍ਰਿਫਰਡ ਹੁੰਦਾ ਹੈ ਦੇਖੋ ਇੱਕ ਚੀਜ਼ ਇਹ ਵੀ 뮤직 ਵਿਕਦਾ ਠੀਕ ਹੈ ਜੇ ਉਹਦੇ ਗਾਣੇ ਹੈਗੇ ਆ ਤਾਂ ਗਾਣੇ ਸੇਲੇਬਲ ਨੇ ਸੋ ਦਿਸ ਇਜ਼ ਅਨਦਰ ਸੈਕਸ਼ਨ ਵੀਰ দ্য 뮤직 ਸੈਲੀਬਲ ਹੋਣ ਕਰਕੇ ਸਮ ਟਾਈਮ ਸੈਲਰ ਜਿਹੜਾ ਸਿੰਗਰ ਐਕਟਰ ਹੈ ਉਹ ਪ੍ਰਿਫਰਡ ਹੁੰਦਾ ਵੀ ਚੱਲੇ ਤੇ ਫਿਲਮ ਨਾ ਚੱਲੀ ਗਾਣੇ ਤਾਂ ਆਪਾਂ ਸੈਲ ਕਰ ਦਾਂਗੇ ਮਿਊਜ਼ਿਕ ਕੰਪਨੀਆਂ ਨੂੰ ਸੈਲ ਕਰ ਦਾਂਗੇ ਸੋ ਇਹ ਸਾਰੀ ਚੀਜ਼ਾਂ ਹੈ ਕਿ ਉਹ ਤੋਂ ਬਾਅਦ ਜਿਹੜੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈਗੀ ਹੈ ਜੋ ਮੈਂ ਸਾਰਿਆਂ ਨੂੰ ਕਲੀਅਰਲੀ ਦੱਸ ਦਿੰਨਾ ਉਹਰੇ ਪਿੱਛੇ ਜੇ ਮੈਂ ਸੁਖਵੀਰ ਗਿੱਲ ਨੂੰ ਭੇਜਿਆ ਇੱਕ ਚੈਨਲ ਵਾਲਿਆਂ ਕੋਲੇ ਤੇ ਉਹਨਾਂ ਨੇ ਉਹਨੂੰ ਐਂ ਟ੍ਰੀਟ ਕਰਾਇਆ ਵੀ ਤੁਹਾਡਾ ਪ੍ਰੋਡਕਟ ਬਿਲਕੁਲ ਜਾਲੀ ਹੈ ਇਹਨੂੰ ਫ੍ਰੀ ਆਫ ਕਾਸਟ ਉਹਰੇ ਛੱਡ ਜੋ ਅੱਛਾ ਹਾਂ ਮਤਲਬ ਉਹ ਤੁਹਾਨੂੰ ਐ ਐ ਪ੍ਰੂਵ ਕਰਨਗੇ ਵੀ ਬਾਈ ਤੁਹਾਡੇ ਪ੍ਰੋਡਕਟ ਦੇ ਵਿੱਚ 1% ਵੀ ਜਾਣ ਨਹੀਂ ਹੈਗੀ ਯੂ ਆਰ ਨੈਕਸਟ ਟੂ ਨਥਿੰਗ ਵੀ ਤੁਸੀਂ ਜੋਣਾ ਇਹ ਕੋ ਗਰੀਬ ਬੰਦਾ ਹੋਵੇ ਮੈਂ ਤਾਂ ਕਹਿੰਦਾ ਉੱਥੇ ਗੁੱਡੇ ਟੇਕ ਕੇ ਆ ਜੇ ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਾਂ ਫਾਈਨੈਂਸ਼ੀਅਲੀ ਸਟਰੋਂਗ ਹੈ ਫਾਈਨੈਂਸ਼ੀਅਲ ਸਟੇਬਲ ਹੈ ਕੰਮ ਚੱਲਦਾ ਹੈ ਆਪਣਾ ਆਦਰਵਾਇਜ਼ ਨਾਵਾ ਬੰਦਾ ਕਰ ਨਹੀਂ ਸਕਦਾ ਮੈਂ ਦਸੀਆਂ ਨਾ ਵੀ ਸ਼ਰੇਮ ਬੇਇੱਜ਼ਤੀ ਕੀਤੀ ਉਹਦੀ ਸੁਖਵੀਰ ਗਿੱਲ ਮੇਰਾ ਦੋਸਤ ਹੈ ਨਾ ਉਰੇ ਹੀ ਉਰੇ ਹੀ ਹੈਗਾ ਕੈਨੇਡਾ ਦੇ ਵੀ ਉਹ ਕੰਪਨੀ ਡਿਸਟ੍ਰਿਬਿਊਸ਼ਨ ਕੰਪਨੀ ਉਰੇ ਦੀ ਵੀ ਹੈ 2 ਘੰਟੇ ਪਹਿਲਾਂ ਉਹਨੂੰ ਬਾਰ ਬਿਠਾਈ ਰੱਖਿਆ ਜੀ ਇੰਨੀ ਜਲਾਲਤ ਤੋਂ ਬਾਅਦ ਜਦੋਂ ਮਿਲਿਆ ਨਹੀਂ 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 ਇਹ ਦੀਪਾਂ ਨੇ ਨੇ ਮੈਂ ਠੀਕ ਨਹੀਂ ਆ ਗਿਆ ਆਈ ਡੋਨਟ ਥਿੰਕ ਵੀ ਕੁਸ਼ੀਦਾ ਹੋਣਾ ਹੈ ਜੇ ਕਿ ਉਹਨਾਂ ਦੇ ਅਦਰ ਹੈਂਡ ਟਿਪਸ ਨੇ 뮤직 ਵਾਈ ਕੀ ਤਿਆਰੀ ਕੀਤੀ ਓਕੇ ਟਿਪਸ ਕੋ ਛੋਟੀ ਮੋਟੀ ਕੰਪਨੀ ਹੈ ਉਹਨੂੰ ਕੋਈ ਨਹੀਂ ਪਤਾ ਹਨਾ ਸੋ ਮੈਂ ਬਹੁਤ ਸ਼ੁਕਰਾਨਾ ਕਰਦਾ ਟਿਪਸ ਵਾਲੇ ਬੰਦੇ ਬੜੇ ਜੈਨੂਨ ਨੇ ਬੜੇ ਰਿਸਪੈਕਟੇਬਲ ਨੇ ਤੇ ਉਹਨਾਂ ਨੇ ਸਾਡੇ ਨਾਲ ਡੀਲ ਕੀਤੀ ਤੇ ਆਈ ਮੀਨ ਰਿਗਾਰਡ ਕੀਤਾ ਸਾਡਾ ਹਨਾ ਤੇ ਬਟ ਕਈ ਬੰਦੇ ਉਵੇਂ ਮੈਂ ਦੱਸੀ ਇਹਨਾਂ ਵੀ ਉਹ ਕੰਪਨੀਆਂ ਚ ਹੈਗੇ ਇਹੋ ਜਿਹੇ ਬੰਦੇ ਜਿਵੇਂ ਪਹਿਲਾਂ ਐਵੇਂ ਜਲੀਲ ਕਰਦੇ ਬੰਦ ਨੂੰ ਦੇਖੋ ਵੀ ਅਸੀਂ ਫਿਲਮ ਬਣਾਈ ਹੈ ਭਾਈ ਅਸੀਂ ਕੋੜਾ ਕੋਈ ਉਹ ਹੈ ਨਾ ਨਾਲੇ ਇੰਨੀ ਸੋਹਣੀ ਫਿਲਮ ਬਣਾਈ ਹੈ ਐ ਉਹ ਜੱਲਲ ਕੀਤਾ ਪਹਿਲਾਂ 2 ਘੰਟੇ ਤੁਸੀਂ ਹੋਗੇ ਤੇ ਜਾਉ ਤੁਹਾਨੂੰ 2 ਘੰਟੇ ਬਾਹਰ ਬਿਠਾਈ ਰੱਖਣਾ ਤੁਸੀਂ ਵੇਟ ਕਰੀ ਜਾਵੋ 12 ਵਜੇ ਟਾਈਮ ਹੈ 2:00 ਵਜੇ ਮੈਂ ਖੜਾ ਹਾਂ ਉਹ ਤੋਂ ਬਾਅਦ ਅੰਦਰ ਜਾ ਕੇ ਦੇਖ ਕੇ ਥੋੜੀ ਜਿਹੀ ਨਹੀਂ ਐਵੇਂ ਠੀਕ ਨਹੀਂ ਆ ਗਿਆ ਹਣਾ ਤੇ ਸੋ ਥੀਸ ਆਰ ਦ ਫਿਊ ਥਿੰਗਸ ਜਿਹੜੀਆਂ ਨਵੇਂ ਬੰਦੇ ਨੂੰ ਕਿਤੇ ਆਉਣ ਹੀ ਨਹੀਂ ਦਿੰਦੀਆਂ ਹਨ ਬਹੁਤ ਵੱਡੀ ਐਕਸਪਲੋਟੇਸ਼ਨ ਹੈ ਜੀ ਬਹੁਤ ਵੱਡੀ ਐਕਸਪਲੋਟੇਸ਼ਨ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਿਤੇ ਨਾ ਕਿਤੇ ਕਰਮਸਰ ਆ ਜਾਂਦੀ ਜਦੋਂ ਕਿ ਬਹੁਤ ਸਾਰਾ ਨਵਾਂ ਟੈਲੈਂਟ ਹੈ ਇਦਾਂ ਦਾ ਜਿਹਦੇ ਵਿੱਚ ਟੈਲੈਂਟ ਤਾਂ ਬਹੁਤ ਆ ਪਰ ਚਾਂਸ ਹੀ ਨਹੀਂ ਮਿਲਦਾ ਬਹੁਤ ਸਾਰੇ ਲੋਕ ਗੁੰਮਰਾਹ ਹੁੰਦੇ ਬਹੁਤ ਸਾਰੀ ਕੰਪਨੀਆਂ ਦੇ ਵੱਲੋਂ ਝੂਠੇ ਵਾਅਦੇ ਕੀਤੇ ਜਾਂਦੇ ਉਹਨਾਂ ਦੇ ਨਾਲ ਪੈਸੇ ਜਿਹੜੇ ਠੱਗ ਲਏ ਜਾਂਦੇ ਨੇ ਸੋ ਕਿਤੇ ਨਾ ਕਿਤੇ ਲੱਗਦਾ ਕਿ ਇਸ ਇੰਡਸਟਰੀ ਚ ਐਂਟਰੀ ਕਰਨ ਤੋਂ ਪਹਿਲਾਂ ਬੰਦੇ ਨੂੰ ਬਹੁਤ ਨੌਲੇਜ ਹੋਣ ਦੀ ਜ਼ਰੂ ਬਿਲਕੁਲ ਐਗਜ਼ੈਕਟਲੀ ਨਾਲੇ ਰਾਈਟ ਪਾਸ ਦੇ ਵੀ ਲੋੜ ਹੈਗੇ ਜਿਵੇਂ ਮੈਂ ਦੱਸੀ ਜਨਾ ਸਪੈਸ਼ਲੀ ਗਰਲਸ ਵਾਸਤੇ ਉਹਦੇ ਵਿੱਚ ਤੱਕ ਇੰਨੀ ਐਕਸਪਲੋਇਟੇਸ਼ਨ ਹੁੰਦੀ ਹੈ ਭਾਈ ਤੁਮੇਰਾ ਆ ਫੇਵਰ ਕਰਤਾ ਮਤਲਬ ਆਲ ਬੀ ਵੈਰੀ ਓਨੈਸਟ ਥੇਰ ਇਜ਼ ਨਥਿੰਗ ਟੂ ਯੂ ਨੋ ਸ਼ੇਅ ਬਾਊਟ ਬਟ ਥੀਜ਼ ਆਰ ði ਥਿੰਗਸ ਥੈਟ ਆਰ ਹੈਪਨਿੰਗ ਇਨ ðiਸ ਐਨਵਾਇਰਨਮੈਂਟ ਇਨ ðiਸ ਮਿਊਜ਼ਿਕ ਇੰਡਸਟਰੀ অর ਵਟਐਵਰ ਫਿਲਮ ਇੰਡਸਟਰੀ ਯੂ ਨੋ ਥੇਰ ਇਜ਼ ਆਪਾ ਜੇਪਾ ਬਾਲੀਵੁੱਡ ਦੀ ਗੱਲ ਕਰ ਲਈ ਤੇ ਪੋਲੀਵੁੱਡ ਚ ਵੀ ਕੋਈ ਫਰਕ ਨਹੀਂ ਹੈਗਾ ਹਨਾ ਅਗਲਾ ਕਹਿੰਦਾ ਭਾਈ ਮੇਰਾ ਕੰਮ ਸੋ ਅਪਰਾਪ ਤੋ ਹਰ ਦਿਨ ਆ ਵੀ ਕਦੇ ਕਈ ਏਦਾਂ ਦੀ ਚੀਜ਼ ਹੋ ਜਦੋਂ ਕਿ ਐਂਡ ਨੈਪੋਟイズਮ ਦੀ ਗੱਲ ਆ ਜਾਂਦੀ ਹੈ ਕਿ ਛੋਕੇ ਫੇਵਰ ਵਿੱਚ ਸੀ ਬੰਦਾ ਉਹਨੂੰ ਕਾਸਟ ਕਰ ਲਿਆ ਕਈ ਵਾਰੀ ਕਾਸਟ ਕੀਤਾ ਹੁੰਦਾ ਪਰ ਆਤੌਰਾਤ ਰਿਪਲੇਸ ਕਰ ਦਿੱਤਾ ਜਾਂਦਾ ਕਦੇ ਕਿ ਪ੍ਰੋਜੈਕਟ ਹੈ ਤੁਹਾਡੇ ਹੱਥੋਂ ਵੀ ਇਹ ਨਾ ਸਬਦ ਚੱਲਦੇ ਆ ਗਏ ਨੇ ਏਦਾਂ ਨਹੀਂ ਹੈਗਾ ਕਿ ਨਹੀਂ ਗਏ ਬਹੁਤ ਕੁਝ ਮੈਨੂੰ ਵੀ ਸੇ ਮਤਲਬ ਫੇਸ ਕੀਤਾ ਮੈਂ ਵੀ ਸਟਰਗਲ ਦੇਖਿਆ ਹੈ ਹਣਾ ਟਾਈਮ ਤੇ ਇੱਕ ਵਾਰ ਸਾਡੀ ਏਦਾਂ ਹੀ ਮੈਂ ਮੀਟਿੰਗ ਕੀਤੀ ਸੀਗੀ ਕੋਈ ਪ੍ਰੋਡਿਊਸਰ ਸੀ ਤੇ ਉਹਨਾਂ ਨੇ ਏਦਾਂ ਚਲੋ ਸਾਰਾ ਕੁਝ ਹੋਇਆ ਸਟੋਰੀ ਸੁਣਾਈ ਸਾਰਾ ਕੁਝ ਹੋਇਆ ਤੇ ਬਾਦ ਵਿੱਚ ਜਿਹੜਾ ਕਾਸਟਿੰਗ ਵਾਲਾ ਮੇਰੇ ਨਾਲ ਗਿਆ ਤੇ ਉਹਨੂੰ ਬਾਅਦ ਵਿੱਚ ਕਹਿ ਰਿਹਾ ਕਿ ਪੁੱਛ ਲਓ ਉਹਨਾਂ ਨੂੰ ਕੰਪਰੋਮਾਈਜ਼ ਕਰ ਲਓ ਓਕੇ ਤੇ ਉਹ ਮੈਨੂੰ ਉਹ ਇੱਕਦਮ ਮਤਲਬ ਕਾਸਟਿੰਗ ਵਾਲਾ ਮੈਨੂੰ ਫੋਨ ਕਰਕੇ ਪੁੱਛ ਕਹਿ ਰਿਹਾ ਮੈਡਮ ਵੀ ਇਦਾਂ ਕਰਕੇ ਵੀ ਤੁਸੀਂ ਕਰ ਲੂਗੇ ਮੈਂ ਕਿਹਾ ਤੂੰ ਹਿੰਮਤ ਕਿਵੇਂ ਹੋਈ ਹੈ ਮੈਨੂੰ ਗੱਲ ਕਰਨ ਦੀ ਤੂੰ ਮਤਲਬ ਫੋਨ ਕਰਨ ਲੱਗੇ ਪਹਿਲਾਂ 10 ਵਾਰ ਸੋਚਦਾ ਲੰਦਾ ਤੂੰ ਫੋਨ ਕਿਨੂੰ ਕਰ ਰਿਹਾ ਤੇ ਮੈਨੂੰ ਆਹ ਗੱਲ ਕਰਦਾ ਚੰਗਾ ਲੱਗਦਾ ਹੈ ਮੇਰੇ ਕਾਸ ਦੁਆ ਮੈਂ ਕਦੇ ਫੋਨ ਨਾ ਕਰੀ ਮਤਲਬ ਹੁਣ ਦੀਆਂ ਨੇ ਕੁੜੀਆਂ ਕੇ ਬਚਾਰੇ ਕਈ ਮਜਬੂਰੀ ਚ ਕਹਿ ਲਓ ਜਾਂ ਕੁਝ ਵੀ ਹੈ ਨਾ ਜਾਂ ਹੋ ਸਕਦਾ ਕੁੜੀਆਂ ਨੂੰ ਚਾਹੀਦਾ ਕਿ ਅਸੀਂ ਅੱਗੇ ਆਈਏ ਕਈ ਕਾਰ ਵੀ ਲੰਦੀਆਂ ਨੇ ਕਿ ਚਲ ਠੀਕ ਆਪਾਂ ਕਰ ਲੈਨੇ ਆ ਮੋੜ ਕੇ ਉਹਨਾਂ ਨੂੰ ਕੰਮ ਤਾਂ ਮਿਲਦਾ ਨਹੀਂ ਆ ਇੱਕ ਦੋ ਕੰਮ ਕਰ ਲਏ ਜਾਂ ਸੌਂਗ ਕਰ ਲਈ ਜਾਂ ਮੂਵੀਜ਼ ਕਰ ਲਈਆਂ ਤੇ ਉੱਥੇ ਤੱਕ ਰਹਿ ਜਾਂਦੇ ਹਨ ਮੈਨੂੰ ਲੱਗਦਾ ਜੇ ਤੁਸੀਂ ਹੌਲੀ ਹੌਲੀ ਕੋਈ ਪੌੜੀ ਚੜਦੇ ਹੋ ਤਾਂ ਕਿਤੇ ਨਾ ਸਿਖਰ ਤਾਂ ਚੜਦੇ ਹੋ ਨਾ ਮਨ ਕੋਈ ਤਾਂ ਸਿਖਰ ਮਿਲਦਾ ਤੁਹਾਨੂੰ ਮੈਨੂੰ ਇਹ ਨਹੀਂ ਲੱਗਦਾ ਕਿ ਇੱਕਦਮ ਅਸੀਂ ਇੱਥੋਂ ਤੋਂ ਉੱਠ ਕੇ ਇੱਕ ਮਤਲਬ ਹਾਈਪ ਤੇ ਚੜ ਜਾਾਂਗੇ ਉਹ ਚੀਜ਼ ਬਹੁਤ ਜਲਦੀ ਤੁਸੀਂ نیچے ਗ੍ਰੈਬ ਕਰੋਗੇ ਹਨਾ نیچے ਡਿੱਗ ਜੰਨੇ ਹੋ ਮਤਲਬ ਹੌਲੀ ਹੌਲੀ ਕਰੋ ਵੀ ਠੀਕ ਆ ਮਤਲਬ ਮੈਨੂੰ ਨਹੀਂ ਲੱਗਦਾ ਕਿ ਇਦਾਂ ਕੁਝ ਕਰਨਾ ਚਾਹੀਦਾ ਕੁੜੀਆਂ ਨੂੰ ਵੀ ਨਾ ਆਪਣਾ ਪਿੱਛੇ ਦੇਖੋ ਆਪਣੇ ਪੇਰੈਂਟਸ ਨੇ ਤੁਹਾਨੂੰ ਬਹੁਤ ਯਕੀਨ ਕਰਕੇ ਭੇਜਿਆ ਇੱਥੇ ਤੇ ਮੇਰੇ ਨਾਲ ਐਕਟ ਮੇਰੀ ਫੈਮਲੀ ਬਹੁਤ ਮੈਨੂੰ ਸਪੋਰਟ ਕਰਦੀ ਹੈ ਮੈਂ ਹਮੇਸ਼ਾ ਉਹਨਾਂ ਨਾਲ ਲੈ ਕੇ ਚੱਲਦੀ ਠੀਕ ਹੈ ਮੇਰੇ ਮੇਰੇ ਘਰ ਦੇ ਮੇਰ ਨਾਲ ਹੈਗਾ ਮੈਨੂੰ ਕੋਈ ਡਰਨ ਦੀ ਲੋੜ ਨਹੀਂ ਜੀ ਤੇ ਉਹਦੇ ਕਰਕੇ ਮੈਨੂੰ ਲੱਗਦਾ ਕਿ ਸਾਰੇ ਕੁੜੀਆਂ ਨੂੰ ਵੀ ਚਾਹੀਦਾ ਕਿ ਹਾਂ ਜੇ ਕੁੜੀਆਂ ਸੋਚਣ ਕਿ ਅਸੀਂ ਇਹ ਚੀਜ਼ ਨਹੀਂ ਕਰਨੀ ਤੇ ਕਿਸੇ ਦੀ ਹਿੰਮਤ ਵੀ ਥੋੜੀ ਉਂਗਲ ਫੜ ਚੇ ਹੈ ਨਾ ਤੇ ਥੋੜਾ ਬਹੁਤ ਚੇਂਜ ਤਾਂ ਚਾਹੀਦਾ ਹੈ ਕੁੜੀਆਂ ਵਿੱਚ ਵੀ ਕਿਤੇ ਨਾ ਕਿਤੇ ਕੋਈ ਉਹ ਕੁੜੀਆਂ ਵਿੱਚ ਵੀ ਗਲਤੀ ਹੈਗੀ ਆ ਕਿੰਨੇ ਕਿਤੇ ਮਜਬੂਰੀ ਵੀ ਕਹਿ ਲਉ ਹਨਾ ਕੋਈ ਫੇਮ ਚਾਹੁੰਦਾ ਆ ਕੁਝ ਵੀ ਲਗਾ ਲੋ ਹੈਗਾ ਕੁਝ ਥੋੜਾ ਇੱਥੇ ਸੋ ਬੀਂਗ ਅ ਫੀਮੇਲ ਦੇਖੇ ਤਾਂ ਕਿਤਨੇ ਕਿਤੇ ਚੀਜ਼ਾਂ ਬੁਰਾ ਤਾਂ ਲੱਗਦਾ ਏ ਕਿਉਂਕਿ ਜਦੋਂ ਇੱਕ ਬੰਦਾ ਇੰਨਾ ਟੈਲੈਂਟ ਆ ਕੰਮ ਕਰ ਰਿਹਾ ਤੇ ਇੱਕ ਕੋਈ ਦੂਜਾ ਆ ਕੇ ਵਿੱਚੋਂ ਤੁਹਾਡਾ ਕੰਮ ਖਿੱਚ ਕੇ ਲੈ ਜਾਂਦਾ ਆ ਸੋ ਇੱਥੇ ਹਮੇਸ਼ਾ ਇੱਕ ਹੀ ਸਵਾਲ ਆਉਂਦਾ ਕਿ ਫਿਰ ਗਲਤੀ ਕਿਹਦੀ ਆ ਇੱਥੇ ਕੁੜੀਆਂ ਗਲਤ ਨਹੀਂ ਕਿ ਇੱਥੇ ਸਾਹਮਣੇ ਵਾਲਾ ਆ ਕਈ ਵਾਰ ਇਹ ਹੋ ਜਾਂਦਾ ਕਿ ਸਮ ਟਾਈਮ ਜੇ ਜ਼ਰੂਰੀ ਨਹੀਂਗਾ ਕਿ ਕੰਪਰੋਮਾਈਜ਼ ਦੀ ਗੱਲ ਕਰੀਏ ਉਹਨਾਂ ਕਈ ਵਾਰ ਇਹ ਬੰਦਾ ਕਿ ਬਜਟ ਤੇ ਵਜੋਂ ਚੱਲ ਜਾਂਦਾ ਠੀਕ ਆ ਉੰਜੀ ਉਹ ਕੁੜੀ ਤਾਂ ਘੱਟ ਲਾ ਲਈ ਉਹਨੂੰ ਕਰ ਲੋ ਠੀਕ ਆ ਉਹਦੇ ਵੱਲੋਂ ਉਹ ਚੱਲੇ ਜਾਂਦਾ ਪ੍ਰੋਜੈਕਟ ਹਨਾ ਬ੍ਰਾਹਮ ਨੇ ਤਾਂ ਪ੍ਰਾਪ ਦਾ ਬਜਟ ਜ਼ਿਆਦਾ ਆ ਤੇ ਨਹੀਂ ਆਪਾਂ ਉਹਨੂੰ ਕਰ ਲੈਨੇ ਆ ਤੇ ਚਲੋ ਉਹ ਚਲਾ ਗਿਆ ਸਮ ਟਾਈਮ ਬਜਟ ਤੇ ਕਰਕੇ ਵੀ ਹੁੰਦਾ ਆ ਤੇ ਲੋਕੀ ਇਹ ਨਹੀਂ ਸੋਚਦੇ ਕਿ ਤੁਸੀਂ ਵੀ ਆਪਣਾ ਪ੍ਰੋਡਕਟ ਵੇਚਣਾ ਆ ਤੁਸੀਂ ਥੋੜਾ ਕੁਆਲਿਟੀ ਦੇਖੋ ਹਨਾ ਜਾ ਕਿਸੇ ਦਾ ਐਕਸਪੀਰੀਅੰਸ ਦੇਖੋ ਕਿ ਉਹਨੇ ਕੰਮ ਕੀਤਾ ਜਾਂ ਨਾਮ ਦੇਖੋ ਤੇ ਉਸੇ ਚੱਕਰ ਚ ਉਹਨਾਂ ਦਾ ਬਾਅਦ ਵਿੱਚ ਪਤਾ ਲੱਗਦਾ ਕਿ ਨਹੀਂ ਮੈਮ ਉਹ ਤਾਂ ਵਧੀਆ ਨਹੀਂ ਰਿਹਾ ਸਾਡਾ ਇਦਾਂ ਹੋ ਗਿਆ ਉਦਾਂ ਹੋ ਗਿਆ ਉਹ ਚੀਜ਼ਾਂ ਤਾਂ ਹੋਣੀਆਂ ਹੀ ਨੇ ਜਦ ਤੁਸੀਂ ਮਤਲਬ ਬਿਲਕੁਲ ਕਿਸੇ ਨੂੰ ਘੁਰਾ ਕੇ ਕੰਮ ਕਰੋਗੇ ਹਨਾ ਹੈਗੇ ਕਿਤੇ ਨਾ ਕਿਤੇ ਕੁਝ ਤਾਂ ਚੇਂਜ ਹੋਣਾ ਚਾਹੀਦਾ ਇੱਥੇ ਬਿਲਕੁਲ ਸੋ ਚੇਂਜ ਹੋਇਆ ਕੋਈ ਪਹਿਲ ਕਰੇਗਾ ਕਿ ਬੋਲੇਗਾ ਉਸ ਚੀਜ਼ ਦੇ ਉੱਪਰ ਤਾਂ ਚੇਂਜ ਫਿਰ ਹੀ ਆਏਗਾ ਸੋ ਕਰਮ ਸਿਰ ਫਿਲਮ ਦੇ ਰਿਗਾਰਡਿੰਗ ਗੱਲ ਕਰ ਰਹੀ ਸੀ ਪਰ ਜਾਂਜਿਆਂ ਦੇ ਇੱਥੇ ਮੈਂ ਤੁਹਾਡੀ ਸਟਾਰਟਿੰਗ ਦੀ ਗੱਲ ਵੀ ਜ਼ਰੂਰ ਕਰਨਾ ਚਾਹਾਂ ਜਦ ਤੁਸੀਂ ਫੋਰਨ ਗਏ ਸੀ ਮੈਂ ਦੇਖ ਰਹੀ ਸੀ ਕਿ ਬੜਾ ਸਟਰਗਲ ਸੀ ਤੁਹਾਡਾ ਉੱਥੇ ਵੀ ਬਹੁਤ ਵਾਰ ਇਹ ਚੀਜ਼ ਹੋਈ ਕਿ ਤੁਸੀਂ ਰੋਏ ਵੀ ਇਕੱਲੇ ਬੈਠ ਕੇ ਕਿ ਤੁਸੀਂ ਕਿਉਂ ਆ ਗਏ ਸੋ ਉਹਨਾਂ ਮੂਮੈਂਟਸ ਦੇ ਬਾਰੇ ਵਿੱਚ ਜ਼ਰੂਰ ਚਾਹਾਂਗੇ ਕਿ ਤੁਸੀਂ ਆਡੀਅנס ਨਾਲ ਜ਼ਰੂਰ ਸਾਂਝਾ ਕਰੋ ਕਿਵੇਂ ਦਾ ਉਹ ਟਾਈਮ ਸੀ ਕਿਉਂਕਿ ਇੱਕ ਸਟਰਗਲ ਤੋਂ ਉੱਠ ਕੇ ਹੀ ਬੰਤਾ ਚੜਾਇਆ ਅੱਗੇ ਮਕਾਮ ਤੱਕ ਪਹੁੰਚਦਾ ਆਇਆ ਬਸ ਮੈਂ ਆਡੀਅנס ਨਹੀਂ ਕਹਿਣਾ ਚਾਹਣਾ ਚਾਹੂੰਗਾ ਕਦੀ ਵੀ ਆਪਣੀ ਜ਼ਿੰਦਗੀ ਚ ਹਿੰਮਤ ਨਹੀਂ ਹਾਰਨੀ ਦੇਖੋ ਕੋਈ ਵੀ ਚੀਜ਼ ਅਚੀਵੇਬਲ ਹੈ ਜੇ ਤੁਹਾਡਾ ਰਾਈਟ ਮਾਈਂਡ ਤੇ ਰਾਈਟ ਡੈਡੀਕੇਸ਼ਨ ਹੈ ਕੀ ਹੈ ਨਾ देयर इज ਨਥਿੰਗ ਥਿੰਕ ਕਾਲਡ ਵੀ ਕੋਈ ਪੋਸੀਬਲ ਨਹੀਂ ਹੈ ਹਨਾ ਜੇ ਆਪਾਂ ਚਲੋ ਗਿਵ ਅਪ ਕਰ ਦਿੰਨੇ ਆ ਫਿਰ ਚਲੋ ਨਹੀਂ ਵੀ ਪੋਸੀਬਲ ਹੋਊਗੀ ਬਟ ਟਰਾਈ ਜ਼ਰੂਰ ਕਰਨਾ ਚਾਹੀਦਾ ਹੈ ਨਾ ਮੈਂ ਆਪਣਾ ਰਾਹ ਆਪ ਬਣਾਇਆ ਹਨਾ ਮੈਂ ਆਪਣੇ ਆਪ ਨੂੰ ਪਹਿਲਾਂ ਬਿਜ਼ਨਸ ਸਕਸੈਸਫੁਲ ਕੀਤਾ ਫਿਰ ਮੈਂ ਇਹ ਫੀਲਡ ਦੇ ਵਿੱਚ ਉਤਰਿਆ ਹੈਗਾ ਹਨਾ ਇਹ ਤੋਂ ਪਹਿਲਾਂ ਵੀ ਮੈਂ ਇੱਕ ਫਿਲਮ ਬਣਾਈ ਸੀ ਉਹਦੇ ਵਿੱਚ ਮੈਨੂੰ ਲਾਸ ਹੋਇਆ ਸੀ ਬਟ ਆਈ ਅਗੇਨ ਸਟੂਡ ਅਪ ਯੂ نو ਆਈ ਸੈਡ ਨੋ ਆਮ ਨਾਟ ਗੋਇੰ ਟੂ ਗਿਵ ਇਟ ਅਵੇ ਮੈਂ ਆਪਣੇ ਆਪ ਨੂੰ ਐਸਟੈਬਲਿਸ਼ ਕਰੂੰਗਾ ਆਪਣੇ ਆਪ ਨੂੰ ਖੜਾ ਕਰੂੰਗਾ ਅੱਜ ਮੈਂ ਜਿਹੜੇ ਲੈਵਲ ਤੇ ਪਹੁੰਚਿਆ ਹੋ ਸਕਦਾ ਵੀ ਜੇ ਮੈਂ ਨਾ ਆਪਣੀ ਡਿਟਰਮੀਨੇਸ਼ਨ ਸਟਰੋਂਗ ਲੱਗਦਾ ਤਾਂ ਮੈਨੂੰ ਅਗਲੇ 10-15 ਸਾਲ ਹੋਰ ਲੱਗ ਜਾਂਦੇ ਇਹ ਲੈਵਲ ਤੇ ਪਹੁੰਚਣ ਨੂੰ ਬਟ ਨਹੀਂ ਮੈਂ ਦਿਨ ਰਾਤ ਇੱਕ ਕਰਕੇ ਆਪਣਾ ਪਲਾਨ ਬਣਾ ਕੇ ਮਾਰੀ ਪ੍ਰੋਪਰ ਪਲਾਨ ਬਣਾ ਕੇ ਮੈਂ ਆ ਇਸ ਇੱਕ ਸਾਲ ਚ ਇੱਥੇ ਪਹੁੰਚਣਾ ਦੋ ਚ ਇੱਥੇ ਪਹੁੰਚਣਾ ਚਾਰ ਚ ਇੱਥੇ ਪਹੁੰਚਣਾ ਤੇ ਮੈਂ ਪਹੁੰਚਿਆ ਵੀ ਹੈਗਾ ਤੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਤੁਸੀਂ ਆਪਣੀ ਡੈਡੀਕੇਸ਼ਨ ਨਾਲ ਕੋਈ ਵੀ ਚੀਜ਼ ਅਚੀਵ ਕਰਨਾ ਚਾਹੁੰਦੇ ਹੋ ਆਪਣੀ ਡੈਡੀਕੇਸ਼ਨ ਨਾਲ ਲੱਗੇ ਰਹੋ ਕਦੇ ਵੀ ਹਿੰਮਤ ਹਾਰਨ ਦੀ ਲੋੜ ਨਹੀਂ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੀ ਔਖੜਾਂ ਬਟ ਜੁਤੀ ਆਪਣੇ ਸੱਚੇ ਮਨ ਨਾਲ ਤੇ ਅਕਾਲ ਪ੍ਰਕਾਇਰ ਹੋਂ ਤਾਂ ਆ ਕੇ ਕੋਈ ਕੰਮ ਕਰਦੇ ਹੋ ਤਾਂ ਉਹ ਹਮੇਸ਼ਾ ਸਕਸੈਸਫੁਲ ਹੋਵੋਗੇ there is no such thing that is impossible everything is possible as long as you are determined to get to it ਹਣਾ a to b ਤੱਕ ਪਹੁੰਚਣ ਲਈ ਕਹਿ ਲੋ ਰੋਂ ਆਪਾਂ ਨੂੰ ਦਿੱਲੀ ਵੀ ਜਾਣਾ ਹੈ ਬੰਬਈ ਜਾਣਾ ਰਾਹ ਆਪਾਂ ਨੂੰ ਸਿਰਫ 100 ਮੀਟਰ ਹੀ ਤੈਨਾ ਹੁੰਦਾ ਤੇ ਜੇ ਆਪਾਂ ਕਵਰ ਕਰਨਾ ਹੈ 1000 ਕਿਲੋਮੀਟਰ ਜਾਂ 1500 ਕਿਲੋਮੀਟਰ ਹਣਾ ਆਪਾਂ ਉਹ 100 100 ਮੀਟਰ ਦੇ ਰਾਹ ਤੇ ਚੱਲਦੇ ਰਹਿਣੇ ਸੋ ਟੇਕ ਸਮਾਲ ਸਟੈਪਸ ਯੂ نو ਯੂਲ ਗੈਟ देयर नो मैटर व्हाट ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਉਹ ਚੀਜ਼ ਕਹਿੰਦੇ ਨੇ ਕਿ ਹੌਲੀ-ਹੌਲੀ ਬੰਦਾ ਪੌੜੀ-ਪੌੜੀ ਚੜ੍ਹਦਾ ਰਹਿਤਾ ਮੁਕਾ ਆਪਣੇ ਮੰਜ਼ਿਲ ਤੱਕ ਪਹੁੰਚਦਾ ਜਿਵੇਂ ਕਿ ਪ੍ਰਾਪ ਨੇ ਅਮਨੇ ਚੇਸ ਕਈਆ ਸੋ ਤੁਹਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਬਹੁਤ ਬਹੁਤ ਮੁਬਾਰਕਾ ਤੁਸੀਂ ਇੰਨਾ ਸੋਹਣਾ ਕਨਸੈਪਟ ਪੰਜਾਬੀ ਸਿਨੇਮਾ ਦੇ ਵਿੱਚ ਲੈ ਕੇ ਆ ਰਹੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਕਿਉਂਕਿ ਉਸ ਚੀਜ਼ ਲਈ ਦਿਲੀ ਨੂੰ ਲੱਗਦਾ ਹੈ ਕਿ ਬੜੀ ਹਿੰਮਤ ਚਾਹੀਦੀ ਹੈ ਕਿ ਕੁਝ ਐਦਾਂ ਦਾ ਲੈ ਕੇ ਆਣਾ ਸੋ ਜਾਂਦੇ ਜਾਂਦੇ ਤੁਸੀਂ ਆਡੀਅੰਸ ਨੂੰ ਕੀ ਕਹਿਣਾ ਚਾਹੋਗੇ ਬੱਸ ਅਸੀਂ ਸਾਰਾ ਮੈਿਕਾ ਬੰਨ੍ਹੇ ਹੱਥ ਜੋੜ ਕੇ ਬੇਨਤੀ ਦੇਖੋ ਅਸੀਂ ਇੱਕ ਬਹੁਤ ਵਧੀਆ ਚੀਜ਼ ਲੈ ਕੇ ਆਏ ਹਾਂ ਜੀਡੀ ਦੇ ਵਿੱਚ ਇੱਕ ਬੜੀ ਯੂਨਿਕ ਸਟੋਰੀ ਹੈਗੀ ਹੈ ਤੇ इट्स ਕਮਰਸ਼ੀਅਲ ਐਂਟਰਟੇਨਮੈਂਟ ਮੂਵੀ ਫਰਸਟ ਹਾਫ ਦੇ ਵਿੱਚ ਬਹੁਤ ਜ਼ਿਆਦਾ ਲਾਫਟ ਰੈਕ ਹੈ ਤੁਸੀਂ ਬਹੁਤ ਇੰਜੋਏ ਕਰੋਗੇ ਲਵ ਸਟੋਰੀ ਹੈ ਹਨ ਤੇ ਉਸ ਤੋਂ ਬਾਅਦ ਬਾਕੀ ਜਿਵੇਂ ਅੱਗੇ-ਅਗੇ ਸਟੋਰੀ ਚੱਲਦੀ ਹੈਗੀ ਅਸੀਂ ਇੰਨੀ ਮਿਹਨਤ ਨਾਲ ਇੱਕ ਇੰਨੀ ਵੱਡੀ ਫਿਲਮ ਜਿਹਦੇ ਵਿੱਚ ਸਾਰਾ 뮤직 ਵੀ ਬਹੁਤ ਅੱਛਾ ਹੈ ਜੇ ਤੁਸੀਂ 뮤직 ਸੁਣਿਆ ਹੈ ਜੇ ਸੁਣ ਲੋਗੇ ਤਾਂ ਤੁਹਾਨੂੰ ਬਹੁਤ ਪਸੰਦ ਆਊਗਾ ਅਸੀਂ ਇੱਕ ਕਲੈਕਟਿਵ ਐਫਰਟ ਕੀਤਾ ਤੇ ਅਸੀਂ ਤੁਹਾਡੇ ਸਾਰਿਆਂ ਤੋਂ ਇਹੀ ਬੇਨਤੀ ਕਰਦੇ ਸਾਡੀ ਮਦਦ ਕਰੋ ਸਾਡੀ ਇੱਕ ਆਉਣ ਵਾਲੀ ਫਿਲਮ ਨੂੰ ਸਿਨੇਮਾ ਘਰਾਂ ਚ ਜਾ ਕੇ ਦੇਖੋ ਤਾਂ ਕਿ ਹੋਰ ਸਾਡੇ ਵਰਗੇ ਜਿਹੋ ਜੀ ਕੰਟੈਂਟ ਬੇਸਡ ਸਿਨੇਮਾ ਹੈਗਾ ਹੋਰ ਸਾਡੇ ਵਰਗੇ ਕਿੰਨੇ ਬੰਦੇ ਉੱਠ ਕੇ ਫਿਲਮ ਬਣਾਉਣਗੇ ਇਹ ਸੋਚ ਕੇ ਕਿ ਵੀ ਉਹ ਵੀ ਨਵੇਂ ਆਰਟਿਸਟ ਆਏ ਸੀ ਉਹਨਾਂ ਨੇ ਕੋ ਯੂਨਿਕ ਸਟੋਰੀ ਲਿਆਂਦੀ ਸੀ ਕਨਸੈਪਟ ਲਿਆਂਦੇ ਸੀ ਤੇ ਉਹਨਾਂ ਦੀ ਮੂਵੀ ਵੀ ਚੱਲੀ ਸੀ ਤਾਂ ਅਸੀਂ ਹੋਰ ਐਫਰਟ ਕਰੀਏ ਹਨਾ ਹੁਣ ਆਬਵੀਅਸਲੀ ਮਤਲਬ ਮੈਂ ਤਾਂ ਅਨਨੋਨ ਫੇਸ ਐਜ਼ ਆਫ ਨਾਓ ਚਲੋ ਉਸ ਦਾ ਟਾਈਮ ਪਾ ਕੇ ਦੋ ਫਲਮਾਂ ਜਨ ਚਾਰ ਫਲਮਾਂ ਆ ਜਾਣ ਫੇਸ ਨੋਨ ਹੋ ਜੇ ਪਰ ਟਾਈਜ਼ ਆਫ ਨਾਓ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹਾਂਗੇ ਵੀ ਤੁਸੀਂ ਸਾਨੂੰ ਸਪੋਰਟ ਕਰੋ ਤੇ ਸਾਡੀ ਸਪੋਰਟ ਕਿਵੇਂ ਹੋਊਗੀ ਜੇ ਤੁਸੀਂ ਫਿਲਮ ਦੇਖ ਕੇ ਆਉਂਗੇ ਫਿਲਮ ਦੇਖ ਕੇ ਆ ਕੇ ਫਿਲਮ ਦੇ ਕੋਈ ਰਿਵਿਊਸ ਪਾਉਂਗੇ ਆਪਣੇ ਫੇਸਬੁਕ ਇੰਸਟਾਗ੍ਰam ਜਾਂ ਹੋਰ ਚੀਜ਼ਾਂ ਦੇ ਉੱਪਰ ਇਹ ਜ਼ਰੂਰ ਕਰਿਓ ਫਿਲਮ ਦੇਖ ਕੇ ਉਹਦੇ ਰਿਵਿਊ ਸਾਨੂੰ ਜ਼ਰੂਰ ਦਿਓ ਤਾਂ ਕਿ ਸਾਨੂੰ ਪਤਾ ਲੱਗੇ ਕਿਤੇ ਅਸੀਂ ਗਲਤੀ ਕੀਤੀ ਹੈ ਕਿੱਥੇ ਅਸੀਂ ਬੈਟਰ ਕਰ ਸਕਦੇ ਹਾਂ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੀ ਅਸੀਂ ਅੱਛੀ ਅੱਛੀ ਹੋਰ ਫਿਲਮਾਂ ਲੈ ਕੇ ਤੁਹਾਡੇ ਕੋਲ ਆ ਸਕਦੇ ਹਾਂ ਚਾਹੇ ਤੁਸੀਂ 뮤직 ਦੀ ਗੱਲ ਕੀਤੀ ਸਰ ਇੱਕ ਹੋਰ ਜਾਣਦਿਆਂ ਦੀ ਜ਼ਰੂਰਤ ਆਸ ਚੋ ਕਿ ਕਿਹੜੇ ਕਿਹੜੇ ਸਿੰਗਰਸ ਦੇ ਸਾਨੂੰ ਸੌਂਗਸ ਜਿਹੜੇ ਇਸ ਫਿਲਮ ਚ ਦੇਖਣ ਨੂੰ ਮਿਲਣਗੇ ਹਾਂਜੀ ਇਹਦੇ ਵਿੱਚ 4 ਸੌਂਗਸ ਨੇ ਠੀਕ ਹੈ ਜੀ ਇੱਕ ਆਪਣਾ ਕਮਾਲ ਖਾਨ ਦਾ ਗਾਣਾ ਹੈ ਸੈਡ ਰੋਮੈਂਟਿਕ ਸੌਂਗ ਹੈਗਾ ਠੀਕ ਹੈ ਇੱਕ ਮੋਟੀਵੇਸ਼ਨਲ ਸੌਂਗ ਹੈਗਾ ਉਹ ਰਣਜੀਤ ਬਾਵਾ ਜੀ ਦਾ ਹੈਗਾ ਇੱਕ ਡਿਊਇਟ ਹੈਗਾ ਗੁਰਲੇਜ਼ ਅਕਤਰ ਤੇ ਨਿਸ਼ੱਤਰ ਗਿਲ ਦਾ ਬਹੁਤ ਸੋਹਣਾ ਗਾਣਾ ਹਨ ਤੇ ਇੱਕ ਜਿਹੜਾ ਗਾਣਾ ਹੈਗਾ ਜੀ ਦਵਿੰਦਰਪਾਲ ਸਿੰਘ ਨੇ ਗਾਇਆ ਹੈਗਾ ਉਹਨਾਂ ਨੇ ਮਨਮਰਜ਼ੀਆਂ ਫਿਲਮ ਦੇ ਵਿੱਚ ਵੀ ਗਾਣਾ ਗਾਇਆ ਸੀ ਸੋ ਇਹ ਜਿਹੜੇ ਚਾਰ ਸੌਂਗਸ ਨੇ ਇੱਕ ਡਿਊਟੇਕ ਮੋਟੀਵੇਸ਼ਨਲ ਇੱਕ ਸੈਟ ਰੋਮਾਂਟਿਕ ਹੈ ਤੇ ਇੱਕ ਹੋਰ ਸੌਂਗ ਹੈਗਾ ਹਨਾ ਇਹ ਚਾਰ ਜਿਹੜੇ ਗਾਣੇ ਹੈਗੇ ਆ ਆਰਮੀ ਵਾਲਾ ਜਿਹੜਾ ਦਵਿੰਦਰਪਾਲ ਨੇ ਗਾਇਆ ਉਹ ਆਰਮੀ ਵਾਲਾ ਉਹ ਆਰਮੀ 'ਚ ਗਿਆ ਹੋਇਆ ਆਪਣੇ ਹਨਾ ਗਰਲਫ੍ਰੈਂਡ ਨੂੰ ਯਾਦ ਕਰ ਰਿਹਾ ਹੈਗਾ ਸੋ ਉਸ ਟਾਈਪ ਦਾ ਗਾਣਾ ਹੈਗਾ ਸੋ ਮਿਊਜ਼ਿਕ ਜਤਿੰਦਰ ਸ਼ਾਹ ਜੀ ਦਾ ਇੰਪੋਰਟ ਬਹੁਤ ਕਾਫੀ ਖਾਸ ਧਿਆਨ ਰੱਖਿਆ ਗਿਆ ਹੈ ਫਿਲਮ ਦੇ ਵਿੱਚ ਹਾਂਜੀ ਦੇਖੋ ਮਿਊ ਸਮ ਟਾਈਮਸ ਮੈਂ ਹੁੰਦੇ ਸ਼ਾਇਦ ਤੁਸੀਂ ਸਕੈਮ 19 ਉਹ 뮤직 ਕਰਕੇ ਹਿੱਟ ਹੋ ਗਈ ਸੀਗੀ ਸੋ 뮤직 ਇੱਕ ਬਹੁਤ ਵੱਡੀ ਚੀਜ਼ ਹੈ ਜੇ ਲੋਕੀ 뮤직 ਲਾਈਕ ਕਰਦੇ ਆ ਪਸੰਦ ਕਰਦੇ ਆ ਉਹਨਾਂ ਨੂੰ ਅੱਛਾ ਲੱਗਦਾ 뮤직 ਸੁਣਨਾ ਤੱਕ ਦੇ ਕਿ ਜਿੰਨੀਆਂ ਚੀਜ਼ ਮਿਊਜ਼ਿਕ ਨਾਲ ਵੀ ਚੱਲ ਪੰਦੀ ਹੈ ਸੋ ਆਈ ਥਿੰਕ ਮਿਊਜ਼ਿਕ ਤਾਂ ਇਹ ਮਗੇ ਵਾਲਾ ਸਕੇਟ ਹੈ ਉਹ ਦਾ ਫੋਰੇਵਰ ਰਹਿੰਦੇ ਹਨ ਬਿਲਕੁਲ ਬਿਲਕੁਲ ਸੋ ਮਿਊਜ਼ਿਕ ਤਾਂ ਬਹੁਤ ਵੱਡਾ ਫੈਕਟਰ ਹੈ ਜੀ ਮਿਊਜ਼ਿਕ ਸੋ ਪ੍ਰਾਪ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਖਾਸ ਕਰਕੇ ਚਾਹਨੀ ਕਿ ਤੁਸੀਂ ਉਹਨਾਂ ਕੁੜੀਆਂ ਦੇ ਲਈ ਕੋਈ ਸੁਨੇਹਾ ਹੋ ਕੇ ਮੈਸੇਜ ਜ਼ਰੂਰ ਦੇ ਕੇ ਜਾਓ ਜੋ ਕਿਤਨੇ ਕਿਤੇ ਨਾ ਕਹਿੰਦੇ ਨਾ ਕਿ ਆਪਣੇ ਖੰਭਾ ਨਾ ਉਡਾਨ ਭਰਨ ਤੋਂ ਪਹਿਲਾਂ ਇਹ ਸੋਚ ਲੈਂਦੇ ਨੇ ਕਿ ਨਹੀਂ ਇਹ ਇੰਡਸਟਰੀ ਸਹੀ ਨਹੀਂ ਆਪਾਂ ਇੱਥੇ ਕੰਮ ਨਹੀਂ ਕਰ ਸਕਦੇ ਹਾਂਜੀ ਪਹਿਲਾਂ ਤਾਂ ਮੈਂ ਸਭ ਨੂੰ ਰਿਕਵੈਸਟ ਕਰੂੰਗੀ ਕਿ ਸਾਡੀ ਮੂਵੀ ਆ ਰਹੀ ਆ 22 ਨੂੰ ਜ਼ਰੂਰ ਦੇਖਣ ਜਾਇਓ ਜਿਹੜੀ ਕਹਾਣੀ ਨੂੰ 37 ਸਾਲ ਲੱਗੇ ਸਾਹਮਣੇ ਆਉਣ ਲਈ ਉਹਦੇ ਵਿੱਚ ਕੁਝ ਤਾਂ ਦਮ ਹੋਊਗਾ ਨਾ ਤੇ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਤੇ ਜ਼ਰੂਰ ਸਾਡੀ ਮਿਹਨਤ ਨੂੰ ਭਾਰ ਲਗਾਇਓ ਤੇ ਸੈਕੰਡਲੀ ਮੈਂ ਸਾਰੀ ਕੁੜੀਆਂ ਨੂੰ ਕਹਿਣਾ ਚਾਹੁੰਨੀ ਆ ਕਿ ਆਪਣੀ ਮਿਹਨਤ ਕਰੋ ਅੱਗੇ ਆਓ ਕਿਉਂਕਿ ਮੈਂ ਵੀ ਬਿਲਕੁਲ ਫਰੈਸ਼ਰ ਸੀਗੀ ਮੇਰੇ ਅੱਗੇ ਕੋਈ ਬੈਕਗ੍ਰਾਉਂਡ ਕੁਝ ਨਹੀਂ ਸੀਗਾ ਨਾ ਕੋਈ ਮੈਨੂੰ ਗਾਈਡ ਕਰਨ ਵਾਲਾ ਸੀਗਾ ਤੇ ਮੈਂ ਵੀ ਹੌਲੀ-ਹੌਲੀ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਹਨਾ ਇੱਥੇ ਤਾਂ ਪਹੁੰਚੀ ਆ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਮਤਲਬ ਪਹਿਲੇ 2 ਸਾਲ ਤਾਂ ਮੇਰੇ ਮੰਮਾ ਮੇਰੇ ਬ੍ਰਦਰ ਮੇਰੇ ਨਾਲ ਜਾਂਦੇ ਰਹੇ ਤੇ ਉਹਨਾਂ ਨੇ ਦੇਖਿਆ ਕਿ ਠੀਕ ਆ ਫੈਮਿਲੀ ਮਾਹੌਲ ਆ ਵੀ ਹੁਣ ਤੂੰ ਕਰ ਸਕਦੀ ਏ ਤੁਹਾਨੂੰ ਪਤਾ ਲੱਗ ਗਿਆ ਹਨਾ ਕੰਮ ਕਿੱਦਾਂ ਹੁੰਦਾ ਏ ਕਿਵੇਂ ਨਹੀਂ ਤੇ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੀ ਫੈਮਿਲੀ ਨਾਲ ਹੋਣੀ ਚਾਹੀਦੀ ਜੇ ਤੁਸੀਂ ਇੱਥੇ ਲੁੱਕ ਕੇ ਵੀ ਮਤਲਬ ਕੁੜੀਆਂ ਮੈਂ ਕਈ ਵਾਰ ਦੇਖਿਆ ਤੇ ਆ ਕੇ ਕਹਿੰਦੀ ਮੈਂ ਮਨਮਸਤ ਘਰ ਦੱਸ ਕੇ ਨਹੀਂ ਆਏ ਕੋਈ ਸਟੋਰੀ ਨਹੀਂ ਪਾਉਂਦੀ ਹਨਾ ਕਿ ਹਾਏ ਘਰਦਿਆਂ ਨੂੰ ਨਾ ਪਤਾ ਲੱਗੇ ਇਹ ਚ ਬਹੁਤ ਗਲਤ ਆ ਰੱਬ ਨਾ ਕਰੇ ਤੁਹਾਡੇ ਨਾਲ 1921 ਹੋ ਜੇ ਕੁਝ ਵੀ ਹੋ ਜੇ ਹਨਾ ਕੋਈ ਰਸਤੇ ਤੁਹਾਡਾ ਕਿਸੇ ਨਾ ਹੋਵੇ ਨਾ ਕਿ ਐਕਸੀਡੈਂਟ ਹੋ ਜੇ ਜਾਂ ਕੁਝ ਤੁਹਾਡੇ ਨਾਲ ਮਿਸ ਹੈਪਨਿੰਗ ਹੋ ਜਵੇ ਤੇ ਕਿਹਨੂੰ ਤੁਸੀਂ ਜਵਾਬ ਦੇਵੋਗੇ ਹਨਾ ਘਰ ਦੇ ਕਿਹਨੂੰ ਜਵਾਬ ਦੇਣਗੇ ਤੇ ਮੈਂ ਇਹ ਚ ਜਰੂਰ ਕਹਿਣਾ ਚਾਹੁੰਦੀ ਹਾਂ ਤੇ ਪਲੀਜ਼ ਆਪਦੇ ਘਰ ਦੇ ਨਹੀਂ ਸਪੋਰਟ ਨਾਲ ਚੱਲੋ ਬਾਕੀ ਇੰਡਸਟਰੀ ਬਹੁਤ ਵਧੀਆ ਇਹ ਨਹੀਂ ਹੈਗਾ ਕਿ ਇੰਡਸਟਰੀ ਮਾੜੀ ਹੈ ਹਰ ਹਰ ਕਿਤੇ ਕੁਝ ਨਾ ਕੁਝ ਹੁੰਦਾ ਆ ਕੋਈ ਡਾਕਟਰੀ ਲਾਈਨ ਲਾ ਲਓ ਕੁਝ ਜਿੱਦਾਂ ਹਾਂ ਆਪਣੇ 에 ਹੋਸਟਲ ਦਾ ਕਹਿ ਦਿੰਦੇ ਨੇ ਮਤਲਬ ਹਰ ਚੀਜ਼ ਕੁਛ ਨਾ ਕੁਛ ਹੁੰਦਾ ਤੇ ਤੁਸੀਂ ਆਪਣੇ ਆਪ ਨੂੰ ਕਿੱਦਾਂ ਰੱਖਣਾ ਉਹ ਤੁਹਾਡੇ ਤੇ ਆ ਤੇ ਮੈਂ ਤਾਂ ਇਹੀ ਕਹੂੰਗੀ ਤੇ ਜਰੂਰ ਆਓ ਜੇ ਤੁਹਾਡੇ ਕੁਝ ਹੈਗਾ ਟੈਲੈਂਟ ਹੈਗਾ ਤਾਂ ਜਰੂਰ ਸ਼ੋਅ ਕਰੋ ਤੇ ਬਸ ਪਾਕੀ ਸਾਡੀ ਮੂਵੀ ਨੂੰ ਬਹੁਤ ਸਾਰਾ ਪਿਆਰ ਦਿਓ ਮੂਵੀ ਜ਼ਰੂਰ ਦੇਖੋ ਸੋ ਥੈਂਕ ਯੂ so much ਕਰਨ ਸਰ ਤੇ ਪ੍ਰਿੰਦੀਵਾ ਨਾਮ ਬੜਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਆਉਣ ਲਈ ਕੱਲ ਬਾਅਦ ਕਰਨ ਲਈ ਇੱਕ ਪਰ ਫਿਰ ਕਹਾਂਗੇ ਕਿ ਇੰਨੀ ਸੁਣੀ ਫਿਲਮ ਸਿਨੇਮਾ ਦੇ ਵਿੱਚ ਲੈ ਕੇ ਆਉਣ ਲਈ ਬਹੁਤ ਤੁਹਾਨੂੰ ਮੁਬਾਰਕਾਂ बेस्ट विशेस ਕਿ ਆਡੀਅנס ਬਹੁਤ ਪਸੰਦ ਕਰ ਰਹੀ ਤੇ ਇਸੇ ਤਰੀਕੇ ਨਾਲ ਤੁਸੀਂ ਅਗਲੀ ਫਿਲਮ ਕੁਝ ਅੱਛਾ ਕੰਟੈਂਟ ਲੈ ਕੇ ਆਡੀਅנס ਤੱਕ ਪਹੁੰਚਾਉਂਦੇ ਰਹੋ ਝੋਲੀ ਤੱਕ ਸ੍ਰੀ ਪਰ ਫਿਰ ਧੰਨਵਾਦ ਬਹੁਤ ਸਵੇਸਨ ਮੇਰੇ ਨਾਲ ਕਰਮ ਪਾਟ ਤੇ ਪ੍ਰਭ ਕਰੀਵਾਲ ਜਿੰਨਾ ਦੀ ਕੀ ਨਵੀਂ ਫਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀਏ ਪਦਮਸ਼ਰੀ ਕੌਰ ਸਿੰਘ ਸੋ ਤੁਸੀਂ ਇਸ ਫਿਲਮ ਨੂੰ ਦੇਖਣ ਦੇ ਲਈ ਕਿੰਨੇ ਕੁ ਜ਼ਿਆਦਾ ਐਕਸਾਈਟਿਡ ਹੋ ਕਿਉਂਕਿ ਇਸ ਫਿਲਮ ਦੇ ਵਿੱਚ ਕਹਾਣੀ ਦਿਖਾਈ ਜਾਏਗੀ ਉਸ ਮੁੱਕੇ ਬਾਜ਼ ਦੀ ਜਿਸ ਨੇ ਬਹੁਤ ਸਾਰੇ ਐਫਰਟਸ ਜਿੱਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸੋ ਹਰ ਲੇਟਸ ਅਪਡੇਟ ਨੂੰ ਚੈਨਲ 'ਤੇ ਦੇਖਦੇ ਰਹੋ ਪ੍ਰੋ ਪੰਜਾਬ